कामयाब रहो जे पहला किसी नूं सलाम करिए चंगे काम करके अपनी जिंदगी दे चंगे कामां तो अपना नाम करिए जे जिंदगी दे कुछ बनना दोस्तों अपने वालदां वड्डियां दा इज्जत ते एहतराम करिए। ये डोर उलझी नहीं उलझाई गई है, ये आग लगी नहीं लगाई गई है। ये लोग दिन का करते हैं रात को मुनाजरा क्यों भला, ये तब्दीली आई नहीं लाई गई है। अच्छा जी अस्सलाम जी कौन जी असी जी ठहर जा बैठो बैठो भाजी बैठो जी जी मैं की हाल है जी मैं ठीक हां जी किदे आयो असी अपनी भैन दे रिश्ते आस्ते आया। तू अपने भैन दे रिश्ते आस्ते है? आहो साले ओदे गुठे लगी लभनी नहीं। मेरी भैन मेरी तरह नहीं है जी। हां जवान है। अच्छा जवान है। हां जी यानी के शी जवान है। हां जी किंज दी तेरा दूसरा सच्चा होना है चल निकल जा बाहर। हां जी मैं भी रिश्ते वास्ते आया जी। कौन मैं तू साले सिरों पैरों लाइए तेनू की रिश्ता दईया सी इसे वास्ते खुल डुल के आया के हुन की होना हैगा इस तों उत्ते इतों की। हां जी जनाब मैं सुनया चार शी वर्गे जवान इस घर रहंदे ने। जी 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 रहंदे ने। हां जी ते मेरी एक कजन ही बड़ी जवान। अच्छा एडी एडी आखे ओदी माजे किन्नियां नहरां ने पाकिस्तान च? पाकिस्तान बेशुमार नहरां ने। दरिया किन्ने ने? पंज। नाले किन्ने ने? बेशुमार। ते सालिया नहांदा फिर नहीं? ऐसा ने पाकिस्तान किन्ने ट्रक चलदे ने? बहुत। ते तू किसे थले नहीं आंदा? ऐ मैं कह नौवे दी खबर सुन लैने। जी मैं सुन लई ना। ते प्रो यरी क्यों नहीं सुनदा? मैं बब्बर शेर है तेरा। ऐ मंजी ते लम्मा पै जाना। मैं तुहाडे घर भी पै जाना। ते कब्र च क्यों नहीं पैंदा? पै जाना। ऐ टांगे ते लै जाना। मैं तेरी मां तो भी लै जाना। रंग हो गया बस। हां जी हां जी अपनी बुढ़ी नूं पुछदा तेरे सुकून दी नींद कदों आउंदी आ। ਕਹਿੰਦੀ ਜੋ ਮੈਂ ਤੁਹਾਡੇ ਨਾਲ ਹੁੰਦੀ ਬਾਕੀ ਤੇ ਸੌਣ ਹੀ ਨਹੀਂ ਦਿੰਦੇ। ਮੈਂ ਆਪਣੀ ਬੁੱਢੀ ਨੂੰ ਡਾਕਟਰ ਕੋਲ ਦੇ ਦਿੱਤੀ ਏ। ਕਿਉਂ? ਸਾਰੀਆਂ ਗੱਲਾਂ ਜਾ ਕੇ ਭਰਾ ਨੂੰ ਦੱਸਦੀ ਏ। ਹਾਂਜੀ ਡਾਕਟਰ ਕੋਲ ਚਲਾ ਗਿਆ। ਡਾਕਟਰ ਕੋਲ ਡਾਕਟਰ ਸਾਹਿਬ ਮੈਨੂੰ ਕੋੜੀ ਦਵਾਈ ਨਾਲ ਲਿਖਿਆ ਜਾਣਾ। ਹਾਂ ਡਾਕਟਰ ਕਹਿੰਦਾ ਤੈਨੂੰ ਮੈਂ ਕਿਲੋ ਜਲੇਬੀਆਂ ਲਿਖ ਰਿਹਾ। ਹਾਂ ਹੈ ਜਲੇਬੀਆਂ ਲਿਖਦੇ ਆ। ਚਲੋ ਬਾਹਰ। ਡਾਕਟਰ ਬੜਾ ਸਿਆਣਾ ਸੀ। ਡਾਕਟਰ ਸਾਹਿਬ ਨੂੰ ਕਹਿੰਦਾ ਡਾਕਟਰ ਸਾਹਿਬ ਮੈਨੂੰ ਸਰਦੀ ਬੜੀ ਲੱਗਦੀ ਹੈ। ਅੱਛਾ ਜੀ ਉਹਨੇ 5-6 ਕੰਬਲ ਲਿਖ ਦਿੱਤੇ। ਉਹ ਲੱਤਾਂ ਨਿਕਲ ਜੋ ਲੱਤਾਂ ਵਾਰੀ ਵਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦਾ ਮੰਜਾ। ਮੇਰੀ ਓ ਲੋਕਾਂ ਦੇ ਭੜੋਈਏ ਵਾਲਾ ਵਾਲੇ ਤੇਰਾ ਭੜੋਈਆ ਗੰਜਾ ਖਲੋਤਾ ਹੀ। ਚੱਲ ਬਾਹਰ। ਕਹਿੰਦਾ ਸੁਣੀਏ ਗੱਲ ਤੇ ਗੱਲ ਪੱਲੇ ਪੈਂਦੀ ਏ। ਹਾਂ ਸੁਣੀਏ ਗੱਲ ਤੇ ਗੱਲ ਪੱਲੇ ਪੈਂਦੀ ਏ। ਗੱਲ ਨਾਲ ਕਿਸੇ ਦਾ ਧਿਆਨ ਹੋਵੇ ਗੱਲ ਕਰੀਏ ਉਸ ਬੰਦੇ ਨਾਲ ਜਿਸ ਬੰਦੇ ਦਾ ਦੀਨ ਤੇ ਇਮਾਨ ਹੋਵੇ ਤੇ ਬੇਸਰਿਆਂ ਨੂੰ ਗੱਲ ਅਸਰ ਨਹੀਂ ਕਰਦੀ। ਉਹ ਭਾਵੇਂ ਖੁੱਲਿਆ ਕੌਲ ਕੁਰਾਨ ਹੋਵੇ ਹੱਥ ਚੁੱਕੇ ਕਫਰਿਆ ਸੁਣ ਰੱਬ ਅੱਗੇ ਪਾਕਿਸਤਾਨ ਦੀ ਉੱਚੀ ਸ਼ਾਨ ਹੋਵੇ। ਵਾਹ ਭਾਈ ਵਾਹ 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 ਵਾਹ। ਉਹ ਪਾਕਿਸਤਾਨ ਨਾਲ ਕੋਈ ਪਿਆਰ ਨਹੀਂ ਕਰਦਾ। ਪਾਕਿਸਤਾਨ ਨਾਲ ਪਿਆਰ ਕਰਦਾ ਪਾਕਿਸਤਾਨ ਦੇ ਨਾਲ ਹੀ ਕਲੈਪ ਕਰੋ। ਵਾਹ ਭਾਈ ਵਾਹ ਵਾਹ ਵਾਹ। ਇਹ ਤੇ ਹੋ ਗਈ ਪਾਕਿਸਤਾਨ ਦੀ ਕਲੈਪ। ਹਾਂਜੀ ਹੁਣ ਜਿਹੜੇ ਦੀ ਮਾਂ ਨਾਲ ਕਰਦੇ ਨੇ ਜਰਾ ਪਲੀਜ਼ 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 ਪਲੀਜ਼। ਆ ਮਾਵਾਂ ਨਾਲ ਸਾਰਾ ਜੱਗ ਪਿਆਰ ਕਰਦਾ। ਜਿਹੜਾ ਜਿਹੜਾ ਬੰਦਾ ਦੀ ਭੈਣ ਨਾਲ ਪਿਆਰ ਕਰਦਾ ਖੁੱਲ ਕੇ ਕਲੈਪ ਕਰੇ। ਐਵੇਂ ਐਨਕਾਂ ਨਹੀਂ ਲੱਗਦੀਆਂ ਅੱਖਾਂ ਦੀਆਂ ਹੱਥ ਅੱਗੇ ਆਉਂਦੀਆਂ ਨੇ। ਹਾਂ ਲੱਤਾਂ ਦੀ ਤੋਲੀਆਂ ਵਜਾ ਕੇ ਕਹਿੰਦਾ ਮੇਰੀ ਉਹ ਜਿਹੜੀ ਬਾਹਰ ਆ। ਚੱਲ ਬਾਹਰ ਆਏ। ਹਾਂ ਆ ਸਾਲਾ ਓਏ ਰਿਸ਼ਤਾ ਤੇ ਤੇਰੇ ਕੋਲ ਲੈ ਲਈਏ। ਆਹੋ ਉਹ ਸਾਲਿਆ ਲੜਾਈ ਹੋਈ ਅਸੀਂ ਤੇ ਤੇਰਾ ਗਲਵਾ ਫੜ ਲਾਂਗੇ। ਅੱਛਾ ਤੂੰ ਸਾਡਾ ਗਲਵਾ ਫੜਿਆ ਸਾਡੀਆਂ ਦੇਖਾਂ ਬਾਹਰ ਆ ਜਾਣੀਆਂ ਨੇ। 6 ਬਿੱਲੀਆਂ ਰੱਖ ਕੇ ਕਹਿੰਦਾ ਮੈਨੂੰ ਗੁੱਜਰ ਕਵੋ। ਆ ਚੱਲ ਨਿਕਲ ਬਾਹਰ। ਉਹ ਚੱਲ ਚੱਲ ਬਾਹਰ ਜਾਂਦਾ ਕਿਉਂ ਨਹੀਂ ਹੈ ਇਧਰੋ ਭਾਈ ਤੋਂ ਲੈ ਆਣੀ ਕੁੱਤੇ ਦੇ ਆ ਪੁੱਤਰਾ ਨਿਕਲ ਉਹ ਲੀਲੋ ਆ ਦੇ ਆ ਆ ਆਹੋ ਕੀ ਹੈ ਤਾਂ ਦਰਸਤਾ ਲੈ ਲਾਂਗੇ ਚੱਲ ਨਿਕਲ ਜਾ ਨਹੀਂ ਦਾ ਰਿਸ਼ਤਾ ਜਾਵਾ ਉਹ ਚੱਲ ਜਾ ਕੰਮ ਕਰ ਜਾ ਕੇ ਨੌਕਰ ਦਾ ਨਹੀਂ ਪਤਾ ਲੱਗਾ ਸਵੇਰ ਦਾ ਐਡ ਦੇਣ ਓਏ ਹੋਏ 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 ਇਹ ਬਗੈਰਤੀ ਦੀ ਵੀ ਕੋਈ ਹੱਦ ਹੁੰਦੀ ਹੈ ਭਾਈ ਇਹ ਵੇਖੋ ਕੀ ਬਗੈਰਤੀ ਹੈ ਬਾਹਰ ਇੱਕ ਬੰਦਾ ਖਲੋਤਾ ਕਹਿ ਰਿਹਾ ਉੱਚੀ ਉੱਚੀ ਕੰਜਰ 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 ਫਿਰ ਮੈਂ ਕਿਹਾ ਕੰਜਰ ਤੇ ਉਹ ਹੁੰਦਾ ਜਿਹਦੇ ਲਾਲ ਵਾਲ ਹੋਣ
ਤੂੰ ਇੱਥੇ ਨੈਬ ਨਾਜ਼ਮ ਲਗਾ ਆਇਆ ਨਹੀਂ ਉਹ ਬਾਹਰ ਬੰਦਾ ਕਹਿ ਰਿਹਾ ਬੰਦਾ ਕਹਿ ਰਿਹਾ ਬਾਹਰ ਬੜੀ ਬਗੈਰਤੀ ਹੈ ਵੇਖੋ ਕੀ ਹੋਇਆ ਅੱਜ ਕੱਲ ਦੌਰ ਹੀ ਨਹੀਂ ਹੋਏਗਾ ਭਾਜੀ ਹਾਂ ਸਹੀ ਕਹਿ ਰਹੇ ਹੋ ਮੈਂ ਕਹਿੰਦਾ ਇੰਜ ਕਰਕੇ ਇੱਕ ਸੋਹਣੀ ਕੁੜੀ ਜਾ ਰਹੀ ਹੈ ਚਾਰ ਮੁੰਡਿਆਂ ਦੇ ਪਿੱਛੇ ਪਿੱਛੇ ਜਾ ਰਹੇ ਨੇ ਠੀਕ ਹੈ ਉਹ ਨਾ ਇੰਜ ਕਰਕੇ ਉਹਨੂੰ ਛੇੜਿਆ ਫੇਰ ਉਹਦਾ ਭਰਾ ਕੋ ਕਹਿੰਦਾ ਫੇਰ ਚੱਲ ਬਾਹਰ ਬਾਹਰ ਦੇ ਗਲਾ ਹੈ ਭਾਜੀ कमरे च वाड़ के ला ली कुंडी ते ओदा भरा को चुप चल दिखाओ भरा चुप मैं अखबार दे विच इश्तिहार दे आया अखबार दे आड़ हां जी दिते आ जी आ गल पता की है तन्नू पता ना इत्थे मैं भैन दित्ती है जिथे उन्हां नू दित्ती एक अद्धी सानू भी दे दो चल एक अद्धी तुहानू भी दे दो सारिया तेरा मुंह ही ना नक्श दे चाहिदे आ दफा ऊपर दे दियो एक ओ जा काम कर जाके उंज की दौड़ी जानी मैनू दे दियो ओ एक ही सी दे दित्ती है अच्छा ओदे सिर ते खाने आ पै मेरी तो मन उन्हू आरे ते लाए ने उन्हू उंज दो करा के मैनू दे दे आ विचों थले लाल वाल बंदे ते बंदा तुहाडे घर आला साहब है कंजर मेरी धी नूं क्लैप भी नहीं कराउंदे अखां क्यों आउंदियां ने चक्कर लाए इन्हां ज्यादा पैसे दिते ने चाचे गरीब ने तेरी भैन कढ़ी है ओहदी भावें एक अक्क है लेकिन तेरी मेहरबानी है अखबार इश्तिहार देन गया हूं ही मैं आया वा जी सोहने लग गए सुरखी बड़ी सोहनी थैंक यू खराब करिए ना करिए जा काम कर बाल सिल्की ने तुहाडे सारे सिल्की ने जुमे जुमे अखां बाहर आईया होंदिया ने कमाल कर दे सफाई तुसी कर दे नहीं करवा दे हो कौन तुसी तां साडियां अखां बाहर आउंदियां बड़ी समझ जो रल जो रल जो बड़ी समझ आई तुहानू रल जो मैं सदके अच्छा इत्थों व्याह कीता ई तंग नहीं मेरे नसीब भी फुट गए ने फुटना ही सन नसीब मेरा नाना व्याह होता मैं फिर जज नाल व्याह कराना सी जज नाल व्याह ना कराई जज नाल व्याह कराएंगी तो जा पवेंगी उन्हें कहना ऑर्डर ऑर्डर अगला कम अगली पेशी दे सारी उम्र लाजम तरसना तू वकील है वकील बना के करी दिए तेन मैं समझा के लेके आया वा ए तू करो समझा वकील नाल जी वकील नाल करना ही हां जी वकील नाल भी नहीं करना क्यों ओने तू ओने तेनु कहना सच बोल तू कहना सच दसना ते तेनु तलाक पहली राती चल अगों दूसरी कितों करेंगी जिदे नाल मर्जी कराउणा वड्डे ढेड वाले नाल नहीं कराउणा क्यों ओ सारी रात कहंदा कुछ नहीं उत्ते भाग ने हूं पता लगना थलो कुछ नहीं हुआ उतो बाला बज के मर गई करम हो गया हां डॉक्टर नाल कर लेनी आ डॉक्टर ना ब्याह ना कराई क्यों ओने टीका ही लाना ही ते की होएगा तेनु ज्यादा तो ज्यादा इंजीनियर नाल कर ले इंजीनियर नाल नहीं कराना क्यों इंजीनियर मुत मेरे भी नहीं हुंदा जल्दी ओ कहंदा मैं खोल के फिट करूंगा फिटिंग ही नहीं सही होई वाप डाले ना करा लेनी आ यानी के बिजली वाले नाल जी हराम मौत मरना चाहनी है ਉਹਨੇ ਤੇ ਹਰ ਕੰਮ ਦਸਤਾਨੇ ਪਾ ਕੇ ਕਰਨਾ ਭਾਜੀ ਆ ਇਹ ਗੱਲ ਏ ਦਸਤਾਨੇ ਉਹ ਐਵੇਂ ਨਹੀਂ ਪਾਉਂਦੇ ਕਿਉਂ ਪਾਉਂਦੇ ਨੇ ਭਲਾ ਕਿਉਂ ਉਹਨਾਂ ਨੰਗੀ ਫੜਨੀ ਹੁੰਦੀ ਹੈ ਤਾਰ ਉਹੀ ਮੈਂ ਕਹਿ ਰਿਹਾ ਤਾਰ ਤਾਰ ਦੇ ਤੇਰੇ ਭੁਲੇਖੇ ਮੰਮੀ ਤਾਹ ਰੰਜਮ ਕੋ ਰਗੜਿਆ ਜਾਣਾ ਹੈ ਤਾਰ ਤਾਰ ਜੀ ਰਹੀਮ ਯਾਰ ਖਾਨ ਨਾਲ ਉਹ ਤਿੰਨ ਬੰਦੇ ਨਹੀਂ ਉਹ ਰਹੀਮ ਯਾਰ ਤੇ ਖਾਨ ਤੇਰੀਆਂ ਤੇ ਕੱਖ ਨਹੀਂ ਰਹਿਣਾ ਤੇਰਾ ਕਚੂਮਰ ਬਾਹਰ ਆ ਜਾਣਾ ਹੈ ਮੀਆਂ
मियां वाली जी एडा एडा लम्मा हाथी उना दा अगे आपे हिसाब ला ले क्यों आने गले दस हां नहीं ने बहाया की अगले ने अच्छा जी इन्हें भी पांच भैणा उथों ही मरवाईया ना दई मियार का लाहौर हैं लाहौर बबर शेर ने रंगबाजी ना कर सड़ रंगबाजी ना कर सारियां सलामियां भी ले लईयां नी ते फिर अगो मूड फिर नहीं बना रही रंगबाजियां नहीं करनियां साडे नाल चल मिठा कर मूह लाहौर नु छड़ के छापा पै गया पिछे हां फैसलाबाद बबर शेर चल फिर चक लै कुंड के वड्डे हाजिर ही आके चुकन गए धुंदली अच्छा एहो जिहियां कुड़ियां एंड टाइम ते भी रफड़ पा देणगियां टिशू ताडे होण गए यार सारी उम्र औलाद नू बबर शेर ने लाड़े तीन घोड़े कराने पैंदे ने एक तो धुनी एक तो ढिड एक तो लाड़ा आप की करेंगी दस वे ढेड वाले भी कोई जिंदगी नहीं गई क्यों सिर्फ साल बाद शीशे के खलो गया कहता मैं सदके जावा जो तो विह हो हाँ इस तो पहला भी कभी कोई होया सी नहीं यही होया जिथे आ गए हो हाँ जी बिल्कुल नहीं सी होया नहीं कुछ थोड़ा जा नहीं होया सी कोई रगड़ शगड़ नहीं बिल्कुल पैलियां च गई होवे चोरी ने गया होवे मर्जी दा गन्ना पोट ला कोई वाकया बिल्कुल ही नहीं नहीं होया व्याह कोई मिस कॉल नहीं कितनी देर हो गई है 6 महीने 6 महीने हो गए नहीं बीबी इलाज करा नवा महीने बाद इंज का दला आंदा ही इलाज करा अपना बिल्कुल नहीं कभी ब्याह वाले समान नु हाथ लगा होवे नहीं तुहानू लगा होवे नहीं बिल्कुल नहीं कभी यमन कटीटा आया होवे नहीं होया ब्याह कभी हुरल पोपो अच्छा एहो जी कुड़ी थाने जाके पूरा बयान लिखा दी दोने मेरी लत्ता फड़िया दोने बावा पंज बाओ चल बंदे अखबार इश्तिहार दे ते चल इन्हां दे लंगर पानी दा बंदोबस्त कर ए साहब जी रुल गए लखा तू भी रुल जावेगा बहुता प्यार ना करी नहीं ते रुल जावेगा वाह की खूबसूरत लग रहा है बस बस थैंक यू जनाब तुहाडी नजर अच्छी है जनाब ते इधर किधर भैन देना आए भाजी पेंट किने दी लई हां जी किने दी आ पेंट तुसी भैन दा रिश्ता देना मैनू कदों पुछण लगे आउंदे जोर दी ने छाई ते दी पेंट डिग पई चुक कहिंदा याद करने वाले अज तखीर ही करती मेरी वारी लाश हो गई है मेरी वारी समझ गए छो यार साले पीको मिल च लगा दिहाड़ी कटी जानी है ये बड़ी बगैरती एक दिन हमाम ते ना आ रहा भाई उस तरह दे कहना यो तो नहीं गा कहना फिर कंघी कैंची दे निके निके तो करिए तारक दी सोच गया तारक साहब ने सवाल किया बताओ मां कैसी हस्ती है अगो जवाब नहीं आया कहना ऐसे हस्ती है मशहूर आदमी इन्हें हस्ते कलैप कर दे सारे जीतो पाकिस्तान तो जड़ी आवाज नहीं आती ले ले पिछे आई ने
ਪਾਜੀ ਬੜੀ ਮਸ਼ਹੂਰ ਫੈਮਿਲੀ ਦੇ ਬੱਚਿਆਂ ਦੀਆਂ ਫੁੱਫੀਆਂ ਬੜੀਆਂ ਮਸ਼ਹੂਰ ਸਿੰਗਰ ਨੇ ਉਹ ਆਰ ਫਲਵਾਰ ਦਾ ਗਾਣਾ ਨਹੀਂ ਸੁਣਿਆ ਇਹ ਜੇ ਅੱਲਾ ਵਾਲਿਆਂ ਦੀ ਜੁਗਨੀ ਜੀ ਇਹ ਜੇ ਮੌਲਾ ਵਾਲਿਆਂ ਦੀ ਜੁਗਨੀ ਜੀ ਪਿੱਛੇ ਦੀਆਂ ਫੁੱਫੀਆਂ ਵਿਚਾਰੀਆਂ ਤਕਲੀਫ 'ਚ ਕਹਿੰਦੀਆਂ ਨੇ ਇਹ ਜੇ ਮੇਰੇ ਪੀਰ ਦੀ ਜੁਗਨੀ ਮੇਰੇ ਪੀਰ ਦੀ ਜੁਗਨੀ ਪਿੱਛੇ ਦੀ ਛੋਟੀ ਭਾਣੀ ਨੂੰ ਕਹਿੰਦੀ ਹੈ ਹੋ ਦਮ ਘੁੱਟ ਕੂੰ ਦਮ ਘੁੱਟ ਕੂੰ ਦਮ ਘੁੱਟ ਕੂੰ ਇਹਦੇ ਪਿੱਛੇ ਪਠਾਣ ਲਗਾਉਂਦਾ ਹੈ ਪਠਾਣ ਨੂੰ ਕਹਿੰਦਾ ਉਹ ਕੰਮ ਛਿੱਕ ਤੂੰ ਕੰਮ ਛਿੱਕ ਤੂੰ ਓਨੀ ਛਿੱਕਿਆ ਜਿਹੜਾ ਹੁਣ ਕੋ ਸਲੰਸਰ 'ਚ ਤੁੱਕਾ ਦੇ ਗਿਆ ਅੱਛਾ ਮੇਰੀ ਗੱਲ ਸਾਲਿਆ ਜਿੱਡਾ ਤੂੰ ਚਿੱਟਾ ਬੱਚਾ ਤੇਰੇ ਵਰਗਾ ਬੱਚਾ ਸ਼ਾਮ ਨੂੰ 8 ਵਜੇ ਘਰ ਨਾ ਆਵੇ ਘਰ ਦਾ ਸਿਆਣਾ ਬੰਦਾ ਕਹਿ ਰਿਹਾ ਹੁੰਦਾ ਰਗੜਿਆ ਗਿਆ ਅੱਛਾ ਇਹੋ ਜਿਹੇ ਬੰਦੇ ਦੀ ਰਾਈਆਂ ਦੀ ਬੈਠਕ 'ਚੋਂ ਇੱਕੋ ਹੀ ਆਵਾਜ਼ ਆਉਂਦੀ ਹੋਲੀ ਤੂੰ ਕੀ ਲੈਣ ਗਿਆ ਸਾਲਿਆ ਮੈਂ ਤੇ ਮੋਟਰਸਾਈਕਲ 70 ਆ 70 ਹੈ ਤੇ ਫਿਰ ਕੋਈ ਤੁੱਕਾ ਦੇ ਦੇਗਾ ਉਹੀ ਗੱਲ ਕੀ ਖਾਣਾ ਪੀਣਾ ਦੱਸੋ ਇਹ ਇਸ ਤਰ੍ਹਾਂ ਕਰੋ ਤੁਸੀਂ ਨਾ ਮੇਰੇ ਵਾਸਤੇ ਰੈੱਡ ਬੁੱਲ ਮੰਗਾ ਲਓ ਹਾਂਜੀ ਰੈੱਡ ਬੁੱਲ ਮੰਗਾ ਲਓ ਗੁਰਬਤ ਦਾ ਹਾਲ ਵੇਖਿਆ ਕੀ ਹੈ ਰੈੱਡ ਬੁੱਲ ਮੰਗਾ ਲਓ ਕਿਉਂ ਮੰਗਾ ਲਓ ਇਹਨਾਂ ਦੇ ਘਰ ਕਿਸੇ ਨੇ ਰਾਣੀ ਜੂ ਸੁੱਟਿਆ ਤੇ ਭੱਜ ਕੇ ਕਹਿੰਦੇ ਬੰਬ ਪੀਣ ਲਾਉਂਦਾ ਭਾਜੀ ਇਹ ਤੇ ਜਿਹੜੇ ਪਿੰਡ ਰਹਿੰਦੇ ਨੇ ਸਾਰਾ ਪਿੰਡ 3500 ਰੁਪਈਏ ਦਾ ਸਾਲਿਆ ਪਾਕਿਸਤਾਨ 'ਚ ਐਡਾ ਕੋਈ ਸਸਤਾ ਇਲਾਕਾ ਹੀ ਨਹੀਂ ਹੈ ਨਖੱਤੀ ਦਿਆ ਬੱਚਾ ਜਿਹੜੇ ਤੇਰੇ ਧੌਣ 'ਚ ਮਾਰੀਆਂ ਠੀਪੇ ਡਿੱਗਦੇ ਨੇ ਅੰਨੀ ਦਿਆ ਬੱਚੇ ਆ ਅੱਲਾ ਦਾ ਸ਼ੁਕਰ ਆ ਡਰਾਮਿਆਂ 'ਚ ਭਾਜੀ ਹੁਣ ਡਰਾਮਿਆਂ 'ਚ ਪਿੱਛੇ ਜੇ ਮਾੜੇ ਹਾਲਾਤ ਮੇਰੇ ਦਰਬਾਰ 'ਤੇ ਗਿਆ ਉੱਥੇ ਗੱਲੇ 'ਚ ਕੋਈ 1000 ਪਾਵੇ ਕੋਈ 2000 ਕੋਈ 5000 ਕੋਈ 100 ਕੋਈ 200 ਇਹਦੇ ਕੋਲ ਕੱਖ ਨਹੀਂ ਗੱਲੇ ਦੇ ਕੋਲ ਖਲੋ ਕੇ ਪੜਨ ਲੱਗ ਗਿਆ ਜੇ ਮੈਂ ਵੇਖਾਂ ਅਮਲਾ ਵੱਲੇ ਤੇ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਬਾਬਾ ਤੇਰੇ ਗੱਲੇ ਵੱਲੇ ਬੱਲੇ 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 ਇਹ ਵੀ ਡਰਾਮਿਆਂ 'ਚ ਹੋਣਾ ਹੈ ਪਹਿਲੇ ਜੇਬ ਕਤਰਾ ਸੀ ਇਹਨੇ ਇੱਕ ਬੰਦੇ ਸ਼ਲਵਾਰ ਵਾਲੀ ਜੇਬ 'ਚ ਹੱਥ ਪਾਇਆ ਕੱਢ ਲਿਆ ਮੈਂ ਕੀ ਹੋਇਆ ਕਹਿੰਦਾ 1000 ਦੇ ਨੋਟ ਦੀ ਐਡੀ ਟੋਪੀ ਨਹੀਂ ਹੁੰਦੀ ਉਸੇ ਬੰਦੇ ਜੇਬ 'ਚ ਇਹਨੇ ਹੱਥ ਪਾਇਆ ਬੰਦਾ ਮਰਨ ਵਾਲਾ ਹੋਇਆ ਮੈਂ ਕਿਹਾ ਕੀ ਹੋਇਆ ਕਹਿੰਦਾ ਸਾਲ ਨੂੰ 2 ਫੜ ਕੇ ਠੀਪੇ ਘੁੱਟ ਦਿੱਤੇ ਨੇ ਯਾਰ ਮੇਰੀ ਵਾਰੀ ਮਾਰੀ ਗਏ ਲਾਸ਼ ਹੀ ਹੋ ਗਈ ਯਾਰ ਛੱਡੋ ਯਾਰ ਝੂਠ ਬਣਾਇਆ ਯਾਰ ਨਹੀਂ ਜਾਂਦਾ ਉਸ ਤਰ੍ਹਾਂ ਠੀਕ ਹੈ ਇਹਨੇ ਵੀ ਇੱਕ ਦਿਨ ਸ਼ਲਵਾਰ ਪਾਈ ਤੇ ਜੇਬ ਪਿੱਛੇ ਇੱਕ ਬੰਦੇ ਨੇ ਹੱਥ ਪਾਇਆ ਕਹਿੰਦਾ ਏਡੀ ਲੰਮੀ ਜੇਬ ਇਹਦੇ ਇੱਕ ਭਰਾ ਦਾ ਹੱਥ ਵੱਡਿਆ ਹੋਇਆ ਇੱਕ ਦੀ ਉਂਗਲ ਵੱਡੀ ਹੋਈ ਮੈਂ ਕਿਹਾ ਇਹਦਾ ਹੱਥ ਕਿ ਹੱਥ ਕਿਵੇਂ ਵੱਡਿਆ ਤਾਂ ਉਂਗਲ ਕਿਵੇਂ ਵੱਡੀ ਕਹਿੰਦਾ ਯਾਰ ਇਹਨੇ ਸਾਊਦੀ ਅਰਬ ਚੋਰੀ ਕੀਤੀ ਸੀ ਮੈਂ ਕਿਹਾ ਜਿਹਨੇ ਚੋਰੀ ਕੀਤੀ ਕਹਿੰਦਾ ਉਹਦਾ ਹੱਥ ਵੱਡਿਆ ਤੇ ਮੈਂ ਕਿਹਾ ਜਿਹਦੀ ਉਂਗਲ ਵੱਡੀ ਕਹਿੰਦਾ ਉਹਨੇ ਦੱਸਿਆ ਸੀ ਉਹ ਚੁੱਕ ਉਹ ਮੈਂ ਹੀ ਸਾਂ ਪੜ੍ਹੀ ਲਿਖੀ ਫੈਮਿਲੀ ਦਾ ਬੱਚਾ ਉਹਨਾਂ ਦਾ ਉਹਦੇ ਬੋਲਣ ਵਾਲਾ ਨਾ ਪੜ੍ਹੀ ਲਿਖੀ ਫੈਮਿਲੀ ਦਾ ਬੱਚਾ ਪੜ੍ਹੀ ਲਿਖੀ ਫੈਮਿਲੀ ਦੇ ਬੱਚੇ ਨੇ ਆਪਣੇ ਮਾਂ ਬਾਪ ਨਾਲ ਜ਼ਿੱਦ ਵੀ ਕਰਨੀ ਅੱਛੀ ਜ਼ਿੱਦ ਕਰਨੀ ਹੈ ਮਾਮਾ ਇਸ ਸਾਲ ਕਲਾਸ ਵਿੱਚ ਫਸਟ ਟਾਈਮ ਮੈਨੇ ਬਾਈਕ ਲੈਣੀ ਹੈ ਮੁੰਝੇ ਨਹੀਂ ਪਤਾ ਮੈਨੇ ਲੈਪਟਾਪ ਲੈਣਾ ਪਲੀਜ਼ ਮਾਮਾ ਪਾਪਾ ਸੇ ਬੋਲੋ ਨਾ ਮਰੀ ਘੁੰਮਣੇ ਕੇ ਜਾਣਾ ਪਲੀਜ਼ ਮਾਮਾ ਪਾਪਾ ਸੇ ਬੋਲੋ ਨਾ ਮਾਂ ਬਾਪ ਬੱਚੇ ਦੀ ਖੁਸ਼ੀ ਵਾਸਤੇ ਐਵੇਂ 1-2 ਲੱਖ ਰੁਪਏ ਮਰੀ ਖਰਚ ਕੇ ਆਉਂਦੇ ਨੇ ਗਰੀਬਾਂ ਦੇ ਬੱਚੇ ਨਖੱਤੀ ਦੇ 9 ਮੀਲ ਪਹਿਲੇ ਰੋਂਦੇ ਹੋਣਗੇ ਸਾਰੇ ਡਰਾਮਾ ਵੇਖਣ ਆਇਓ ਲੱਕੜਾਂ ਲੈਣ ਆਇਓ ਹੋਰ ਖੈਰ ਪਿੱਛੇ ਹੀ ਰੋਣਾ ਤੇ ਹੋਇਆ ਕੀ ਪਿਓ ਪੁੱਛਦਾ ਹੋਇਆ ਕੀ ਆ ਕੁਛ ਨੇਲਾ ਪਾਣੀ ਫਾਗੋਲੇ ਦਾ ਚੂਪਾ ਨਹੀਂ ਲਾਉਣ ਦਿੰਦਾ ਵੀ ਨਖੱਤੀ ਦਿਆ 5 ਰੁਪਏ ਦਾ ਉਹਦਾ ਜਾ ਕੇ ਹੋਰ ਮਾਰ ਖਾ ਲਾ ਚਾਹ ਤੁਹਾਨੂੰ ਪਿਆਵਾਂ ਜੀ ਚਾਹ ਪਿਲਾਓ ਇੱਥੇ ਭੈਣ ਵੇ ਹੀ ਇਹ ਪਿਆਓ ਉਹ ਪਿਆ ਜੀ ਸਾਲਿਆ ਆਪਣੀ ਭੈਣ ਉਹੀ ਮੈਂ ਕਿਹਾ ਰਿਹਾ ਮੈਂ ਤੁਹਾਨੂੰ ਚਾਹ ਪਲੀਜ਼ ਚਾਹ ਕਿਸ ਕਿਸਮ ਦੀ ਹੋਣੀ ਚਾਹੀਦੀ ਸਰੀਲੀ ਦੀ ਚਾਹ ਹੋਵੇ ਅੱਛਾ ਜੀ ਹਾਂ ਮੈਂ ਕਹਿੰਦਾ ਜੇ ਅੰਦਰ ਹੀ ਫਿਲਹਾਲ ਥੋੜੀ ਜੀ ਡੁੱਲੀ ਹੈ ਉਹ ਜਾ ਕੇ ਚੱਟ ਲਓ ਕਿ ਇੱਥੇ ਲੈ ਫੋਮ ਨਾ ਇੰਜ ਕਰਕੇ ਓਏ ਬਕਵਾਸ ਨਾ ਕਰ ਚੱਲ ਜਾ ਏ ਬੀਬੀ ਜੀ ਜਲਦੀ ਨਾਲ ਵੀਰ ਨੂੰ ਬੀਬੀ ਜੀ ਮੈਂ ਕੀ ਰੋਲਾ ਪਾਇਆ ਏ ਤਾਲੀਆਂ ਮਾਰ ਦਿਆ ਕਰੋ ਨਹੀਂ ਤਾਂ ਪਿੱਛੇ ਜਾ ਕੇ ਹੁੰਦੀਆਂ ਨਾ ਫਿਰ ਵੇ ਤੂੰ ਇੱਥੇ ਕਰਦਾ ਕੀ ਪਿਆ ਮੈਨੂੰ ਪਹਿਲੇ ਤੂੰ ਦੱਸ ਨੇ ਖੱਤੀ ਮਾਂ ਤੇ ਬੱਚਿਆ ਏਡੀ ਸੋਹਣੀ ਤਿਆਰ ਹੋਈ ਮੈਂ ਸਮਝਿਆ ਡਿਫੈਂਸ ਵਾਲੀ ਉਹ ਤਾਂ ਪੱਤੋ ਕੀ ਵਾਲੀ ਗੰਜਰੋ ਜੀ ਬੋਤਰ ਮਾਂ ਕੀ ਕਹੀ ਜਾ ਰਹੇ ਹੋ ਮੈਂ ਤੇਰੇ ਸਿਰੇ ਸੋਟਾ ਮਾਰਨਾ ਸੋਟਾ ਆਂਦੀ ਪਈਆਂ ਸੋਟਾ ਆ ਮੈਂ ਤੇਰੇ ਸਿਰੇ ਤੇ ਝੋਟੇ ਆ ਮਾਂ ਦਾ ਪਿਆਈਆ ਲੱਖ ਲਾਨਾ ਤੇ ਬਸ ਚਗਲ ਦੀ ਚਗਲ ਆ ਜਿਹੜਾ ਚਗਲ ਹੋਵੇ ਉਹਦੇ ਗਲ 'ਚ ਪੀਲਾ ਕਪੜਾ ਹੁੰਦਾ ਹੀ ਜਿਹੜਾ ਹਲਕਾ ਜਾਂ ਘੱਟ ਹੋਵੇ ਉਹਨੇ ਸ਼ਰਟ ਪਾਈ ਹੁੰਦੀ ਤੂੰ ਹੁਣ ਇੱਥੇ ਲਵਣ ਗਿਆ ਤੂੰ ਆਪਣੀ ਭੈਣ ਦੀ ਤਲਾਕ ਲਵਣ ਆਇਆ ਮੈਂ ਭੈਣ ਦੀ ਤਲਾਕ ਕੋਈ ਲਵਣ ਆਇਆ ਮੈਂ ਆਪਣੀ ਭੈਣ ਨੂੰ ਮਿਲਣ ਵਾਸਤੇ ਆਇਆ ਇਹ ਕੌਣ ਹੀ ਹੈ
देश प्रदेश लाणक ना लभे की करेंगे दस यूएसपी च पवा ले ए ओ मैं जी अखबार दे विच इश्तिहार देन गया था लेट हो गया जी अला तू लेट भी होना सोने लग गए काम नहीं तो सही आ मैं टाइम ते शाला पवी मौत अच्छा एहो जी कुड़ी नु मना मनु के बड़े होटल च लाइयो ते एन टाइम तो मुकर जांदी भाई साहब ये गंदे काम तो मैं नहीं करती अपने होंठ पाक अखां पाक डोरे पा ये कल जहाज ते बैठा मैं बाहर जा रहा पिछो एक बंदा कहिंदा नहीं अंदर जाण वाला भाजी चीका मारदा पता नहीं तेरा सारा हो जिस वेले यारा मंजी दे विच डांग फेरदा ਮੋਕ ਗਈ 70 ਨਹੀਂ ਤੇਲ ਘੱਟ ਵੇ ਨੁਸਰਤ ਫਤਿਹ ਅਲੀ ਦੀ ਆਵਾਜ਼ ਸੁਣਾ ਕੀ ਬਾਤ ਨੁਸਰਤ ਫਤਿਹ ਅਲੀ ਖਾਨ ਸਾਹਿਬ ਵੱਡੇ ਲੋਕ ਹੋ ਮੈਨੂੰ ਮੰਜੀ ਦੀਆਂ ਦੇ ਗਿਆ ਸੌਗਾਤਾਂ ਵਣ ਮਾਹੀ ਨਾਲ ਲੈ ਗਿਆ ਹੋ ਜਦੋਂ ਸਾਵਾ ਮਾਹੀ ਦੇ ਨੇੜੇ ਹੋਵਾਂ ਮੰਜੀ ਵਿੱਚ ਡਾਂਗ ਫੇਰਦਾ ਵਾਹ 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 ਐਸ ਡਾਂਗ ਦਾ ਮਜ਼ਾ ਆਇਆ ਨਹੀਂ ਫਿਰੀ ਵੀ ਤੇ ਤੁਹਾਨੂੰ ਹੀ ਆਣਾ ਅੱਛਾ ਇਹ ਉਹ ਗਾਣਾ ਸੁਣਾ ਸ਼ਾਜ਼ੀਆ ਖੁਸ਼ਕ ਦੀ ਆਵਾਜ਼ ਮੈਂ ਦੀ ਵਾਲਦਾ ਪੀਨੋ ਥਿੰਦੀ ਦੀ ਆਵਾਜ਼ ਵੀ ਸੁਣਾ ਦੇਣਾ ਵਾ ਉਹ ਲੈ ਵੀ ਉੱਤੇ ਮੰਜੀ ਥੱਲੇ ਮੰਜੀ ਮੰਜੀ ਥੱਲੇ ਸੋਵਾਂ ਟੀਨ ਨੀ 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 ਟੀਨ ਨੀ 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 ਉੱਤੇ ਮੰਜੀ ਥੱਲੇ ਮੰਜੀ ਮੰਜੀ ਥੱਲੇ ਸੋਵਾਂ ਮੰਜੀ ਥੱਲੇ ਸੋਵਾਂ ਜਦੋਂ ਮਾਈ ਦੇ ਨੇੜੇ ਹੋਵਾਂ ਡਾਂਗ ਫੇਰਦਾ ਉਹ ਡਾਂਗ ਫੇਰਦਾ ਉਹ ਡਾਂਗ ਫੇਰਦਾ ਉਹ ਡਾਂਗ ਫੇਰ ओ मंजी तेरी काली गरीन पाव्या वाली ओ जदों कसम दवैण आवे दिल नू चैन इनू डांग फिरण वाली लख लानत ही बाहर निकल जा तो मैं भी दसनी शिकायत लानी पता नहीं केड़ी ओ मैं तो गाली नहीं कोई यार पागल नाल मन भी करवाया यार नहीं गंजा हो गया पता नहीं केड़ी है ओ इधर ते आ बात खबी किते चली है रे आ हुण की है इना औरतों को बच के रहो ਤੁਸੀਂ ਬਚਣਾ ਇਹਨਾਂ ਔਰਤਾਂ ਬਾਰੇ ਸੱਚ ਸਿਆਣਿਆਂ ਨੇ ਕਿਹਾ ਕੀ ਕਿਹਾ ਆਪਣੇ ਨੂੰ ਪੁੱਛੋ ਤੇਰੇ ਮਰ ਗਏ ਨੇ ਤੂੰ ਗੱਲ ਪੈਣ ਸਿਆਣੇ ਕਹਿੰਦੇ ਨੇ ਛੱਡਦੇ ਇਸ ਗੱਲ ਛੱਡ ਲੈਂਦਾ ਦੀ ਯਾਰੀ ਨੂੰ ਵਾਹ 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 ਹਾਂ ਛੱਡ ਲੈਂਦਾ ਦੀ ਯਾਰੀ ਨੂੰ ਅੱਜ ਇਹਤੇ ਦੋ ਦੋ ਯਾਰ ਬਣਾ ਲੈਂਦੀਆਂ ਇਹਤੇ ਖੂਨ ਜਿਗਰ ਦਾ ਪੀ ਲੈਂਦੀਆਂ ਇਹਤੇ ਹੱਥੀ ਯਾਰ ਮਰਵਾ ਦਿੰਦੀਆਂ ਬੰਦਾ ਕਿਆ ਥੱਕਿਆ ਛੱਡ ਵੀ ਦੇਵੇ ਇਹਤੇ ਫੁੱਲ ਤਾਵੀਦ ਕਰਾ ਲੈਂਦੀਆਂ ਰੱਲਾ ਹੋਮਣ ਅਸਲੀ ਨਸਲ ਦੀਆਂ ਬੁੱਲੇ ਸ਼ਾਹ ਜਿਹਾ ਪੀਰ ਮਨਾ ਲੈਂਦੀਆਂ ਤੁਸੀਂ ਉੱਥੇ ਬੈਠੋ ਮੈਂ ਚਾਹ ਲੈ ਕੇ ਆਉਣਾ ਕਿੰਨੇ ਕੱਪ अस्सलामु अलैकुम जनाब अस्सलामु अलैकुम बिस्मिल्लाह जी
मेरी सुन गल छोटे मेरी सुन ले गल तेनू पता है कि मैं तीन सलाम तो पूरी होनी है जी रिजल्ट वेख लो यार वे गल सुन साडा व्याह ना होवे खैर लेकिन तेरा होना चाहिए वेखो ना मन्ने ते सारे बंदे दे नाल फिरन दे हुंदे ने यकीन करो मैं कहना मेरा ब्याह हो लैंदे भैन इसे बहाने एदी जान ते छुट जाएगी की मतलब ओ मेरा ब्याह होना चाहिए पहलो पहलो मेरा होगा मैं दस दिता तुहानू पहलो मेरा होएगा इस घर च ओ यार एक ना हो लैण दियो सारे दा सर जा साडा ब्याह होनी दे पहले दो दो कीते ने हैं ओ चलो चीदा भी हुंदा हो लवे आउनी ते इसे घर च ही है ओ यार गल सुनो अब्बा जी साडा ब्याह क्यों नहीं करदे दी कुबा जरूर ओ भाई जान तुसी ते वेले हो चलो मैं डायरेक्टर हां फिल्मा बनाउना मेरा ते करण ब्याह यार असि भी कदो वेले असि भी काम करने पता नहीं केड़ा काम करदे हो तुसी वेले हैगे हो मैं तो अलहमदुलिल्लाह 6 दिन वेला रहना ते इतवार नूं छुट्टी कर ली दी शाबाश ए काम चंगा ही छड्डी ना बेवकूफ दे पुत्रा ए अब्बा पैन अब्बा अपने ब्याह करी जांदा ते साडा क्यों नहीं करदा दसो मैनूं अच्छा जी हकीम कोल जाओ चाहने पैन चले मैं हल ताडी वालदा भी हकीम कोल ही गई है कोई चोपनी होंदे तुसी मसली केक लूंबड़ सही गल तेरी शक्ल ते अमजद सलाम अमजद ना मिलदी ये बकवास करन दे मसली केक साला तेरे प्यो दा मैं भैन दित्ती है ते सानू भी एक दे खून भी दे सारा वाला नूं चढ़ी जांदा वाल कदों आ फ्लश साफ करने वाला ब्रश पुट्ठा पाया टर्मिनेटर ਜਦੋਂ ਭੈਣ ਕਿਸੇ ਨੂੰ ਦਈਏ ਨਾ ਉਦੋਂ ਇੰਜੀ ਹੁੰਦਾ ਹੈ ਉਹ 6 ਮਹੀਨੇ ਹੋ ਗਏ ਨੇ ਵਿਹਲੇ ਬੈਠੇ ਹੋ ਤੁਹਾਡਾ ਪਿਓ ਕੁਝ ਕਰਦਾ ਹੀ ਨਹੀਂ ਨਹੀਂ ਇੰਜ ਕਿਉਂ ਆ ਕੀ ਹੈ ਇਹ ਕੀ ਇਹ ਕਟਿੰਗ ਆਪ ਕਰਾਈ ਹੈ ਕਿ ਰਸਾਈ ਚੋਂ ਮਾਂ ਨੇ ਕੱਢਿਆ ਕੰਜਰਾ ਕੰਮ ਤੇ ਨਹੀਂ ਹੋ ਜਾਣਾ ਤੂੰ ਭੈਣ ਕਿਸੇ ਨੂੰ ਦੇ ਕੇ ਵੇਖ ਤੇਰੇ ਵਾਲ ਸਾਰੇ ਇੰਜ ਦੇ ਹੋ ਜਾਣਗੇ ਉਹ ਜਿਹੜੇ ਥਾਂ ਥਾਂ ਤੇ ਭੈਣਾ ਦਿੰਦੇ ਨੇ ਉਹਨਾਂ ਦਾ ਫਿਰ ਸਿਰ ਲਾਲ ਹੁੰਦਾ ਹੈ ਜੀ ਇਹ ਅਸੀਂ ਭੈਣਾ ਨਹੀਂ ਦਿੰਦੇ ਹੈ ਕੌਣ ਇਹ ਸਾਲਾ ਕੈਸਾ ਨੁੱਕਰ ਚ ਮਸਾਲਾ ਸੁੱਟਣ ਵਾਲੀ ਕਾਂਡੀ ਵਰਗਾ ਮੂੰਹ ਹੈ ਤੇਰਾ ਖਾਨਾ ਖਰਾਬਾ टोपी च रखन आले रोड़े अरगा मूह तेरा तेनू की मौत पई है मैनू तू दस साडे प्यो नूं भैण दे दित्ती उह ते सानूं क्यों नहीं दे रहा बदतमीजी करना की करिए फिर ब्याह नहीं होने प्यो बदल लेने
किसी ने बल्ब कढ लिया खाली होल्डर ही लगा ਪਹਿਣ ਮੈਂ ਚਾਹਨਾ ਵਾ ਆਪੇ ਨਾਲ ਤੁਸੀਂ ਗੱਲ ਕਰੋ ਮੈਂ ਹੁਣੇ ਬੁਲਾਉਂਦਾ ਆਪਾ ਜੀ ਨਹੀਂ ਤੇ ਇੱਥੇ ਅੱਜ ਲੜਾਈ ਹੋਣੀ ਜੇ ਮੈਂ ਕੌਣ ਦੱਸ ਦਿੱਤਾ ਆਪਾ ਜੀ ਲੜਦੀ ਪਾਉ ਰੋਜ਼ ਇੰਜੀ ਕਹਿ ਕੇ ਸੋਈਆਂ ਮੈਂ ਤੂੰ ਆਪਾ ਜੀ ਵੈਰੀ ਨਾਈਸ ਗੁੱਡ ਵੈਰੀ ਨਾਈਸ ਹੈਲੋ ਹਾਂ ਹੈ ਬਈ ਛੋਟੇ ਹਾਂ ਜੀ ਤੁਸੀਂ ਪੁੱਛਦੇ ਸਨ ਮਹੱਲੇ ਵਾਲੇ ਸਾਨੂੰ ਕੰਜਰ ਦਾ ਪੁੱਤਰ ਕਿਉਂ ਕਹਿੰਦੇ ਹਾਂ ਜੀ ਅੱਜ ਪਤਾ ਲੱਗਾ ਸਾਨੂੰ ਕਿ ਨਰਗਸ ਸਾਡੀ ਫੁੱਫੀ ਹੈ ਆ ਗਿਆ ਲੂਣ ਚਟਣ ਵਾਲਾ ਕਟਾ ਸਣ ਲੋਕਾਂ ਦੇ ਪਿਓ ਹੁੰਦੇ ਨੇ हेलो एक्सक्यूज मी ए कौन है लूडो दा साहब साला वा तेरा ओह यस मेरी भैन है जिने तेरा जोड़ हलाए ने सालिया ओह ही इज वेरी नाइस गुड आओ जान इधर आओ ए इधर आओ इधर बैठो अल्लाह माफ करे अल्लाह खैर ही करे बैठ जा यकीन करना ओ माफ करना जी हले गोद भराई दी रस्म रहंदी आई एम सॉरी यस सड़ो सड़ो अप्पा जी मेरा तो दिल करदा किस दिन अचार दी फाड़ी चुक के विच आलू रख दे अब्बा जी साडे व्याह करो नहीं तो अपना कमरा साउंड प्रूफ कराओ खत पाया सी सानू जम अच्छा अब्बा जी मैंने चलो चम्मन आई फोट हो गई जब मैं तंदर का चलो बात सुनो ये जेलस पीपल वक्फा रख अपनी वाल ना तू लेमिनेशन करा दे साडे सामने ना इन कराया कर सी तेरी औलाद साडे देन च स्थान आंदा है ते स्थान तगड़ा है यकीन करो वक्फा रख चल नहीं नाल लग दे इधर आ जी आ ड्रामे दे लग मेरी भैन है तू जी आ जी बड़ा किड्डा कट रहे तू सही नाल लग ओए नाल लगना ला ਸਹੀ ਨਾਲ ਲੱਗ ਨਾਲ ਲੱਗਦਾ ਨਾਲ ਸਾਡਾ ਪਿਓ ਅੱਜ ਹੀ ਵੇਖੋ ਮੇਰੀ ਭੈਣ 6 ਮਹੀਨੇ ਹੋ ਗਏ ਵੇਲੇ ਬੈਠੀ ਏ ਸਾਡੇ ਪਿਓ ਨੂੰ ਚਪੇੜਾ ਮਾਰਨ ਡਿਆ ਕੈਸਾ ਧੋਤੀ ਦੀ ਗੰਢ ਵਰਗਾ ਮੂੰਹ ਹੈ ਤੇਰਾ ਦੇਖੋ ਸਾਡੇ ਪਿਓ ਨੂੰ ਨਾ ਨਾ ਤੂੰ ਚਪੇੜ ਦਾ ਗੁੱਸਾ ਲਗੋ ਇਹਦਾ ਮੈਂ ਇੰਤਕਾਮ ਬਲਕਿ ਇਹ ਇੰਤਕਾਮ ਦਾ ਸ਼ੋਲਾ ਮੈਂ ਰਾਤ ਨੂੰ ਲਫਾਂ ਵੈਸੇ ਆਪਾਂ ਨੂੰ ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ ਜੀ ਜਾਨ ਜਵਾਨ ਕੁੜੀਆਂ ਨੇ ਸਾਡੇ ਸਾਹਮਣੇ ਫਿਰਨਦਾ ਓਕੇ ਨੋ ਪ੍ਰੋਬਲਮ ਅੱਛਾ ਜਾਨ ਅੱਜ ਆਪਣੇ ਮੇਰੇ ਲਈ ਕੀ ਪਕਾਇਆ ਚਿਕਨ ਇਟਸ ਇਟਸ ਟੂ ਗੁੱਡ और आपने क्या पकाया मैं ਤੁਹਾਡੇ ਵਾਸਤੇ ਕੀਮਾ ਕਰੇਲੇ ਬਾਬਾ ਜੀ ਇਹਨਾਂ ਨੇ ਬੱਤੀ ਬੰਦ ਕਰ ਦਿਓ ਇਹਨਾਂ ਨੇ ਕੀ ਕਰਾ ਬਾਬਾ ਜੀ ਮੈਂ ਤੁਹਾਡੇ ਵਾਸਤੇ ਪਕਾਇਆ ਕੀ ਪੁੱਤਰ ਜਾਪਾਨੀ ਕੁੱਤਾ ਆ ਜਾਪਾਨੀ ਕੁੱਤਾ ਹਾਏ ਸਿਰ ਲਾਲ ਹੈ ਇਹ ਉਹਨੂੰ ਭੁੰਨਣਾ ਸੀ ਓਏ ਆ ਦੁਪਾਰੇ ਕਰ ਦਿਓ ਕੌਣ ਹੈ ਕਰੋਨਾ ਵਾਇਰਸ ਛੱਡ ਨਾਲ ਲੱਗ ਦੋ ਨਾਲ ਅੱਪੂ ਜੀ ਜੀ ਪੁੱਤਰ ਬੈ ਅੰਮੀਓ ਜੀ ਬੇਟਾ ਅੱਬੂ ਵਾਸਤੇ ਪਕਾਇਆ ਤੇ ਪੁੱਤਰ ਨੂੰ ਵੀ ਭੁੱਖ ਲੱਗੀ ਉਹ ਬਾਹਰ ਜਾ ਕੇ ਚਿਕਨ ਛੋਲੇ ਖਾਓ ਜਾ ਪਾਸ ਭਰੋ ਛੋਲੇ ਨਹੀਂ ਅੱਬਾ ਜੀ ਛੋਲੇ ਉਹ ਖਾਣ ਮੈਂ ਤੇ ਹਈਏ ਦੁੱਧ ਪੀਣਾ ਵਾ ਦੇਖੋ ਮੈਂ ਤੈਨੂੰ ਹੁਣੇ ਪਿਓ ਦਾ ਫੀਡਰ ਦੇਣਾ ਇੱਕ ਮਿੰਟ ਸਬਰ ਕਰ ਉਹ ਫੀਡਰ ਮੈਂ ਜਦੋਂ ਭੈਣ ਬੈਠੀ ਹੋਵੇ ਨਾ ਤੇ ਚਲੇ ਜੀ ਤਾਂ ਨਾ ਬਗੈਰ ਤਾਂ ਸਾਲਾ ਸਿਰ ਤੇ ਇੰਨੀ ਸੋਤਾ ਜਿਵੇਂ ਭੈਣ ਕੰਮ ਤੇ ਆਈ ਹੈ ਸਾਲਿਆ ਕੈਸਾ ਤੇਰਾ ਐਮਰਜੈਂਸੀ ਵਾਲੀ ਟਾਕੀ ਵਰਗਾ ਮੂੰਹ सुख नाल अगली जिंदगी गुजारे ते फिर चुप करके इन्हां दे हाथ पीले करके विआह बचियां नूं मावां तुरन फिरन आलियां
यार मेरा पुत्र नहीं मन लगता बांग्लादेश की टीम का कोई मेंबर इतने आ गए नहीं मां का एहतराम करना चाहिए भावे ਪਾਵੇਂ ਅੱਬੇ ਨੇ ਜਵਾਨ ਕੁੜੀਆਂ ਨਾਲ ਵਿਆਹ ਕੀਤਾ ਸਾਡੀਆਂ ਦੇ ਮਾਵਾਂ ਨੇ ਪੁੱਤਰ ਐਨਰਜੀ ਆਉਣੀ ਚਾਹੀਦੀ ਉੱਤੋਂ ਸਵੇਰ ਰੋਜ਼ ਸਵੇਰੇ ਸਾਡੇ ਸਾਹਮਣੇ ਚੈਲੰਜ ਕਰਕੇ ਨਹਾਉਂਦਾ ਹੈ ਅੱਬਾ ਜੀ ਤੁਸੀਂ ਵੀ ਐਵੇਂ ਏਡਾ ਸੋਹਣਾ ਮੂੰਹ ਹੈ ਉਹ ਬਚਪਨ ਚ ਡਾਈ ਨੀ ਕਹਿੰਦਾ ਉਹ ਵੇਖ ਚਿੜੀ ਉਹ ਸੁਸਤਰੇ ਵਰਗਾ ਮੂੰਹ ਸੁ बहुत मेरे हानू बच्चे है साड़ी पहली मां बेवा हुई तेरी शलवार पार्टी पई ओए अबू शलवार नहीं पार्टी ओने कमीज शीशे वाली पाई तुहानू अपना मुंह नजर आ गया वालदा मरण तो पहले कह गई सी जदो तिकर मेरी धी का विआह ना होवे मेरे पुत्रां दा ना करी हुण तुहाडी भैण भावे सिर च उहदे चांदी आ जाए ਭਾਵੇਂ ਸੋਨਾ ਬਣ ਜਾਵੇ ਉਹਦਾ ਵਿਆਹ ਹੋਏਗਾ ਫਿਰ ਮੈਂ ਤੁਹਾਡੇ ਸੋਚਾਂਗਾ ਉਹਦੇ ਸਿਰ 'ਚ ਚਾਂਦੀ ਪਤਾ ਨਹੀਂ ਕਦੋਂ ਆਣੀ ਹੈ ਅਲਬੱਤਾ ਸਾਡੇ ਸਿਰ ਦੇ ਵਿੱਚ ਸਿਲਵਰ ਪਿੱਤਲ ਆ ਜਾਣਾ ਜੀ ਤੁਹਾਨੂੰ ਮੈਂ ਕਿਹਾ ਸੀ ਨਾ ਕਿ ਇਸ਼ਤਿਹਾਰ ਦਿਓ ਸਾਡੀ ਭੈਣ ਹੀ ਮਾਠੀ ਅਸੀਂ ਤਾਂ ਬੰਦ ਕਰੀ ਵਾਲਾ ਘਰ ਵੀ ਛੱਡਿਆ ਪਤਾ ਨਹੀਂ ਆਉਣ ਜਾਣ ਘਰ ਤਾਂ ਨਿਕਲਣ ਨਹੀਂ ਡਈ ਚਲੋ ਸ਼ਕਲੇ ਮਨੂਸ ਨੇ ਮੈਂ ਉਸ ਉਮਰ 'ਚ ਜਦੋਂ ਤਾਂ ਫੜਕਾ ਲਈ ਨੇ ਉਹ ਤੁਹਾਡੀਆਂ ਸ਼ਿਕਾਇਤਾਂ ਤੇ ਆਣੀ ਚਾਹੀਦੀ ਨੇ ਤੁਹਾਡੇ ਕਿਸੇ ਦੇ ਕਿ ਸ਼ਿਕਾਇਤ ਤੁਸੀਂ ਕਿਸੇ ਮਨੂਸ ਬੱਚੇ ਪੈਦਾ ਹੋਇਆ ਦੇਖੋ ਤਾਂ ਸਹੀ ਵੇਖੋ ਭੈਣ ਇਹ ਸਾਡਾ ਵੱਡਾ ਜੇ ਸਾਨੂੰ ਮੱਤ ਦੇ ਰਹੇ ਆ ਵੇਖੋ ਵੈਸੇ ਦੋ ਸ਼ਾਦੀਆਂ ਵਾਲੇ ਇੰਨੀ ਫੁਰਤੀ ਹੁੰਦੀ ਤੇ ਨਹੀਂ ਚਲੋ ਕੋਈ ਮਾਰ ਸੁ ਚਪੇੜ ਰੱਖ ਕੇ ਦੇ ਮੂੰਹ ਦੇ ਇਹ ਚਪੇੜ ਓਹੋ ਕਿਵੇਂ ਮਾਰਨੀ ਹੈ ਬਲ ਮੈਂ ਅਸੀਂ ਸਾਡੀ ਪੁੱਤਰ ਇੱਜ਼ਤ ਕਰਦੇ ਨੇ ਸਾਡੀ ਹੈ ਤੇ ਇੱਜ਼ਤ ਕੀ ਇਹਨਾਂ ਭਾਈ ਜਿਨਾਂ ਨੇ ਕਿੱਥੋਂ ਨੂੰ ਲੈ ਲਿਆ ਇਹਨੂੰ ਤਾਂ ਮੈਂ ਮਾਰ ਬੱਤ ਪਿਛੇ ਨਾ ਕਰ ਜਾਨ ਨਾ ਕਰਿਆ ਕਰੋ ਜਾਨ ਇਨਸ਼ਾਅੱਲਾ ਡੁੱਬ ਕੇ ਮਰ ਜਾ ਕਦੀ ਮੈਂ ਤੇਰੇ ਪੱਲੇ ਪੁੱਛਾਂ ਨਾ ਮਾਫ ਕਰੇ ਆਰਾਮ ਨਾਲ ਬੋਲੀ ਮੈਂ ਤੁਹਾਨੂੰ ਦੱਸਾਂ ਦੇ ਤੂੰ ਛੱਡੋ ਯਾਰ ਤੂੰ ਦੱਸਾਂ ਤੂੰ ਦੱਸੇ ਜੋ ਸਾਡੀ ਬਦਵਾਜ ਅੱਲਾ ਤੁਹਾਡਾ ਖਸਮ ਹੀ ਮਰੇ ਹਾਂ ਲਖ ਲਖ ਲੈਤ ਤੇਰੇ ਮੂੰਹ ਤੇ ਉਹਦਾ ਖਸਮ ਮੈਂ ਓਏ ਐਸੇ ਲਈ ਕਹਿਣ ਡਿਆ ਕਿਉਂ ਘਬਰਾਉਂਦੇ ਆ ਯਾਰ ਤੂੰ छोटे वाली तल्लू ही जीत गई है बस 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 छोटे वाली तल्लू ही जीत गई है लड़ाई पाती है नी तुहाडे सिर दा साईं मरे आमीन लाख अल्लाह ने तई बगारता ओ मैं ओदे दे सिर दा साईं आ मेरे घर केड़े मनूस पैदा हो गए ने ओ मैं तन दसा तुहाडी बहन दी शादी होएगी ते फेर कितने जाके तुहाडी शादी होणी है मैं दसा चलो कोई नहीं अब्बा जी बहन दा ब्याह समझ नहीं आ रही पता नहीं कैसे मनूस आप दो दो ब्याह कर ले ने ते साडा एक भी ब्याह नहीं करन दिया ओ भाई इथे दरवाजा सी इधर इधर ਸੋਹਾਗਰਾ ਆਦਿ ਵੀ ਪਤਾ ਨਹੀਂ ਅਗਲੇ ਕਮਰੇ 'ਚ ਹੀ ਮਨਾਈ ਏ ਭਾਈਜਾਨ ਮੈਂ ਤੁਹਾਡੇ ਮੂੰਹ ਚੁੱਪ ਹੋ ਗਿਆ ਮੈਂ ਤੁਹਾਨੂੰ ਦੱਸ ਦਿੱਤਾ ਜੇ ਇਹ ਸਾਡਾ ਪਿਓ ਹੈ ਸਾਨੂੰ ਮੱਤ ਵੀ ਪੁੱਠੀ ਦੇਣ ਦੇ ਆ ਯਾਰ ਵੇ ਮੱਤ ਪੁੱਠੀ ਨਹੀਂ ਦੇਣ ਦਿਆ ਜਦ ਤੇ ਠੀਕ ਕਰਨ ਦਿਆ ਜਵਾਨ ਭੈਣ ਹੈ ਪਹਿਲਾਂ ਉਹਦਾ ਵਿਆਹ ਹੋਏਗਾ ਫਿਰ ਸਾਡਾ ਹੋਏਗਾ ਮੈਂ ਕਿੱਸਾ ਹੀ ਬੁਕਾ ਦੇਣਾ ਅੱਲਾਹੁ ਅਕਬਰ ਓਏ ਨੈਸਲੇ ਦਾ ਬੰਬ छोटे
यार एक मिनट ठहर जो पूछ तो लो यार क्या आजो आजो मैं तुम्हारा होने वाला भरवैया जी साडी भैन वास्ते आहो जी रिश्ते रे ओ रिश्ता आया पागल दे पुत्रो अच्छा सा चुकी दा रिश्ते रे देखो आज किड्डा अच्छा देने हां जी जवान मुंडे ही आउंदे ने शुक्र है माशाल्लाह मैं क्या आखे साडी भैन ना अस्सलाम वालेकुम रिश्ता पढ़ कर रिश्ते के सिलसिले में हाजिर हुआ सारे बाहर पागल ते नहीं डके किन्ने दिन आउंदे ने यार तुसी शादी वास्ते आए हो के साडी भैन नु गोद लेना जे उम्र 68 साल नहीं लगा बच्चे तेरे सदके कम कंजरा ला कटिंग वजीरा वाली है तेन दाई लगन डी तो मैं भी रिजेक्ट हो जाए आराम बह जाए अच्छा भी गल सुनो जी तुसी अपना नाम दसो मेरा नाम जी मिठू माशाल्लाह चूरी भी खादी कदी के मावा भैणा दी गाला खांदे हो की चल्ला मैं करदा इससे थार अयो मिठू आज नु 9 साल पालो सिर्फ सीटी बजाउंदा अच्छा मिठू जी करदे की हो तुसी मैं जी जुआ कराना माशाल्लाह अच्छा काम करदे हो हां जी इनु भैण ना देना भाजी मुड़ के को कहो 150 दी बेगम सुट साडी भैण सुट आवे गल्ला मैं कर ते साडी भैण नु तुसी रखोगे किथे कैसीनो च अच्छी जगह साडी भैन ना ब्याह करना के तुहानू डांसर चाहिदी है भाई जान कैसीनो च जुआ होंदा बेटा अच्छा तुहाडा की नाम है के के दा मतलब की है खालिद कसूरिया मेथी वाले ते के जी तुसी की करदे हो मैं जैली वीजा दा कारोबार करना ते तुसी साडी भैन नु किथे रखोगे जिथे धनेवाल साहब ने रखे अच्छा मतलब धी बना के रखना हां ते तुसी हां जी मेरा नाम जी मुद्दा मुद्दा ਤੁਸੀਂ ਕੀ ਕਰਦੇ ਹੋ ਮੈਂ ਜੀ ਪਾਊਡਰ ਵੇਚਣਾ ਮਾਸ਼ਾਅੱਲਾ ਅੱਛਾ ਰਿਸ਼ਤੇ ਸਾਰੇ ਠੀਕ ਨੇ ਹਾਂਜੀ ਅੱਛਾ ਜੀ ਮੈਂ ਆਪਣੀ ਭੈਣ ਨੂੰ ਬੁਲਾਣਾ ਵਾ ਜੀ ਬੁਲਾਓ ਤੁਸੀਂ ਉਹਦੇ ਨਾਲ ਇੱਕ ਅੱਧੀ ਗੱਲ ਕਰਨੀ ਹੈ ਜਿਹੜੀ ਬਿਲਕੁਲ ਮੁਤਾਸਰ ਕੋ ਨੋਵੇ ਦੇਖੋ ਜੇ ਤੇ ਸਾਡੀ ਭੈਣ ਮੰਨ ਗਈ ਤੇ ਅਸੀਂ ਉਹਦਾ ਤੁਹਾਡੇ ਨਾਲ ਵਿਆਹ ਕਰਦੇ ਹਾਂ ਠੀਕ ਹਾਂਜੀ ਜੇ ਨਾ ਮੰਨੀ ਤੇ ਫਿਰ ਪਰਿਵਾਰਾਂ ਨਾਲ ਧੌਣਾ ਲੈ ਕੇ ਆਵਾਂ ਜੀ ਧੌਣਾ ਤੂੰ ਬੁਲਾ ਲਓ ਜੀ ਬੁਲਾ ਲਓ ਬੁਲਾ ਤੂੰ ਬਹਿ ਕੇ ਕਿਉਂ ਨਹੀਂ ਗੱਲ ਕਰਦਾ ਬਾਰ ਬਾਰ ਉੱਠ ਪੈਂਦਾ ਭਾਈ ਜੀ ਬਹਿ ਕੇ ਗੱਲ ਵਿੱਚ ਸੜੀਆਂ ਪਾਇਆ ਬੈਠੇ ਨਾ ਬਾ ਆਗੀ ਬਾਜੀ ਬਜ਼ੁਰਗਾਂ ਦੇ ਘੇਰੇ ਚ ਇੱਥੇ ਭੈਣ ਪੇਸ਼ ਕਰ ਹਾਂ ਇੱਥੇ ਆ ਤੇਰੇ ਦਾ ਪੁੱਤਰਾ ਇੱਥੇ ਆ ਨਾ ਮਾਰ ਇੰਨੇ ਤੈਨੂੰ ਦਿਮਾਗ ਦਾ ਅਟੈਕ ਹੋ ਜਾਂਦਾ ਹੁੰਦਾ ਯਾਰ ਕੀ ਕਰਨ ਦੇ ਯਾਰ ਉਹ ਤੇਰੀਆਂ ਚੂਹਾਂ ਤੇ ਕਹਿੰਦੀਆਂ ਹੋਣਗੀਆਂ ਭੈਣਾ ਅਸੀਂ ਤੇ ਮੋਟਰਵੇ ਤੇ ਹੀ ਰਹਿੰਦੀਆਂ ਤਾਂ ਛੇਤੀ ਕਰਾਂ ਯਾਰ ਮੈਂ ਘਰ ਕਹਿ ਕੇ ਵੀ ਆਇਆ ਆਓ ਜੀ ਆਓ ਕਿ ਵਾਪਸ ਮੰਜੇ ਤੇ ਹੀ ਆਵਾਂਗਾ ਆਓ ਨਹੀਂ ਨਾ ਆਵਾਂ ਅੱਜ ਚਲੋ ਜੀ ਚਲੋ ਤੁਸੀਂ ਇੱਕ ਅੱਧੀ ਗੱਲ ਬੇਟਾ सवाल कर ले बुढ़े मरण मिट्टी चढ़ी तेन मैं जनाब मैं भरावां दे सामने तुहानूं ज़बान देना फैसला करेगी तू ते ऐ जी मैं तू भैन देनी आओ जी ओ जाओ लो स्टार्ट फड़न दे की होया इमरान भैन नु टक्कर मारन लगा सर आओ बैठो 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 एकदम ही बैठ जाइए
ओरिजिनल हालत च बैठो आ टोपी हाथ च फड़ो करो गल गल करो जूआं वापस दौड़िया भैन डिग पांगी करो फरिश्ता बिलकुल तेरे नेड़े ही है ते खब्बे हाथ वेख मौत दा ही तुहाडी गल कंप्लीट हो गई नहीं जी इजाजत ते सैर करावांगा चली वीजे दा मेरा कारोबार आ आ जाओ ਖਲੋਤੇ ਕਈ ਨਾ ਨਾ ਬਾਦੀ ਮੁੜ ਕੇ ਚਬੁਰਜੀ ਬੈਠੀ ਰਹੇ ਆਓ ਜਲਦੀ ਸ਼ਾਬਾਸ਼ ਆ ਗਿਆ ਪੁਰਾਣੀਆਂ ਘੜੀਆਂ ਸਹੀ ਕਰਨ ਵਾਲਾ ਇਹ ਵੀ ਲਓ ਮੈਂ ਸਾਬਤ ਕੀਤਾ ਮੈਂ ਮੁਤਾਸਰ ਕੀਤਾ ਉਹਨੂੰ ਮੈਂ ਹੁਣੇ ਹੀ ਥੱਲੇ ਲੱਗ ਗਿਆ ਨਹੀਂ ਨਹੀਂ ਤੁਸੀਂ ਗੱਲ ਕਰੋ ਉਹਨਾਂ ਦੇ ਨਾਲ ਜਿਹੜੀ ਕਰ ਅੱਛਾ ਕੋਈ ਗੱਲ ਵੀ ਕਰਨੀ ਹੈ ਮੁਤਾਸਰ ਕਰਨ ਵਾਲੀ ਜੀ ਜੀ ਗੱਲ ਹੈ ਵੇ ਧੀ ਰਾਣੀ ਹੈ ਇਹਨੂੰ ਪਿੱਛੇ ਖਿਲਾਰੋ ਭਾਈ ਜਿਹੜਾ ਮੂੰਹ ਨਿਕਲ ਗਿਆ ਲੈ ਮੂੰਹ ਚ ਨਿਕਲ ਗਿਆ ਇਹ ਤੱਤਾ ਤੱਤਾ ਮੂੰਹ ਦੇ ਵਿੱਚ ਪਾ ਬੈਠਾ ਮੂੰਹ ਚ ਨਿਕਲ ਗਿਆ ਦੇਖੋ ਬਈ ਉਹ ਵੇਣਾ ਔਰਤ ਨੂੰ ਵੇਖ ਕੇ ਕਿਤਾ ਹੋ ਗਿਆ ਪੁੱਛ ਲੋ ਕਿ ਆਪਣੀਆਂ ਪਹਿਲੀਆਂ ਬੁੱਢੀਆਂ ਕੋ ਇਜਾਜ਼ਤਨਾਮੇ ਲੈ ਕੇ ਆਏ ਆ ਉਹਨੇ ਵੀ ਕੁਵਾਰੇ ਨੇ ਮੁੰਡੇ ਕੁਵਾਰੇ ਮੁੰਡੇ ਹਾਲੀ ਦਾ ਵਿਆਹ ਹੀ ਨਹੀਂ ਹੋਇਆ ਮੇਰਾ ਅੱਛਾ 0 ਮੀਟਰ 0 ਮੀਟਰ ਅੱਛਾ ਵੀ 1 ਮਿੰਟ ਆਪਣੀ ਭੈਣ ਦਾ ਫੈਸਲਾ ਸੁਣ ਲਈ ਹਾਂਜੀ ਅੱਛਾ ਬੇਟਾ ਇਹਨਾਂ ਤਿੰਨਾਂ ਚੋਂ ਤੈਨੂੰ ਕੋ ਪਸੰਦ ਹੈ ਨਹੀਂ 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 ਬਾਜੀ ਦੁਪੱਟੇ ਤੋਂ ਵੈਸੇ ਵੇਖ ਲੈ ਬੜੇ ਸੋਹਣੇ ਨਹੀਂ ਐ ਵੇਖ ਆਪਣੇ ਮਾਰ ਕੇ ਨਸੀਬ ਹੀ ਐ ਪਸੰਦ ਹੈ ਨਹੀਂ ਉਹ ਪਰਾਂ ਤੇ ਆਪਣੇ ਨੂੰ ਜਿੱਤ ਵੀ ਗਿਆ ਐ ਨਹੀਂ ਇਹ ਵੀ ਨਹੀਂ ਐ ਚਾਚਾ ਜੀ ਨਹੀਂ ਠੀਕ ਹੈ ਉਹ ਤੇਰੀ ਨਾਬ ਤੋਂ ਜ਼ਮਾਨਤ ਹੋਈ ਕੀ ਮਸਲਾ ਤੇਰਾ ਭਾਈ ਜਾਨ ਮੈਂ ਪੈਸੇ ਬੜੇ ਖਰਚ ਕੀਤੇ ਨੇ ਅੱਛਾ ਤਿੰਨਾਂ ਚੋਂ ਕੋਈ ਪਸੰਦ ਨਹੀਂ ਨਹੀਂ ਇਹਨਾਂ ਨੂੰ ਬਾਹਰ ਕੱਢੋ ਇੱਜ਼ਤ ਦੇ ਨਾਲ ਯਾਰ ਚਲੋ ਚਲੋ ਯਾਰ ਮੈਂ ਓਏ ਚੱਲੇ ਕੱਢੋ ਇਹਨਾਂ ਨੂੰ ਬਾਹਰ ਕੱਢਣ ਨੂੰ ਬਾਹਰ ਨਹੀਂ ਓਏ ਚੱਲੇ ਚੱਲ ਓ ਕੀ ਕਰ ਲੈ ਓ ਮੈਂ ਲੈ ਕੇ ਜਾਣੀ ਕੁੜੀ दो बीविया ने अंदर टारजन बने नचना नुचना छड़ दे तू क्यों क्यों की जानू इतना गुस्सा क्यों करते वेलकम में तू किया है ना चलो कर लिया करो ਨਹੀਂ ਪਤਾ ਕੀ ਹੱਥ ਫਿਰਿਆ ਮਾਂ ਅੰਦਰੋਂ ਰੂਹ ਹੀ ਖੁਸ਼ਕ ਹੋ ਗਈ ਕਰ ਲਿਆ ਕਰੋ ਥੋੜਾ ਬਹੁਤਾ ਵੈਲਕਮ ਕੋਈ ਗੱਲ ਨਹੀਂ ਥੋੜਾ ਸਹੀ ਤੋ ਕਰਤੇ ਨਾ ਬਹੁਤਾ ਵੀ ਕਰ ਲੋ ਤੇ ਮੈਨੂੰ ਫਰਕ ਨਹੀਂ ਪੈਂਦਾ ਜੀ ਅੱਲਾ ਖੈਰ ਚਲ ਜਾਨੂ ਮੈਂ ਆਪਸੇ ਬਾਤ ਹੀ ਨਹੀਂ ਕਰਤੀ ਮੇਰੇ ਨਾਲ ਕਿਉਂ ਨਹੀਂ ਗੱਲ ਕਰਦੀ ਗੱਲ ਤੇ ਮੈਨੂੰ ਨਹੀਂ ਕਰਨੀ ਚਾਹੀਦੀ ਤੂੰ ਹੀ ਆ ਕੇ ਕੀਤਾ ਆਪੇ ਤੋ ਖੁਦ ਹੀ ਨਹੀਂ ਕਹਾ ਤਾ ਕਿ ਮੈਂ ਕਰ ਲੇ ਕਰੂ ਵੈਲਕਮ ਕਰ ਲਿਆ ਕਰੋ मेरी वजह तो कादी परेशानी है देखो कितने वादे किए थे मैं तुमसे शादी करूंगा तुम्हें हनीमून पे लेके जाऊं कहां गए वो वादे पहले ਫਲਾਸ਼ ਚ ਫਸ ਗਈ
ਅਬੂ ਜੀ ਜੇ ਲੱਤ ਨਹੀਂ ਨਿਕਲਣ ਦੇਈ ਬਹੁਤਾ ਪਾਣੀ ਰੋੜ ਕੇ ਅੰਮੀ ਰੋੜ ਦਿਓ ਅਗਲੀ ਹੌਦੀ ਤੋਂ ਜਾ ਕੇ ਫੜ ਲੈਣਾ ਲਓ ਇੱਥੇ ਮੇਰੀ ਮਾਂ ਦੀ ਲੱਤਾਂ ਫਸੀਆਂ ਫਲਾਂ ਚ ਮੈਂ ਕੀ ਕਰਾਂ ਵੇਖਾ ਮੇਰਾ ਪਿਓ ਹੀ ਆਪ ਦੋ ਸ਼ਾਦੀਆਂ ਕਰ ਲਈਆਂ ਨੇ ਤੇ ਮੇਰੀ ਸ਼ਾਦੀ ਦਾ ਵੇਖ ਸੋਚਣ ਵੀ ਨਹੀਂ ਡਿਆ जानू उसमें मेरी क्या गलती है आपके पीछे मैं अपनी सारी जिंदगी इंतजार कर सकती पर आप मेरा साथ तो दो मैं तेरे ना प्यार करना झूठ बोलते हो आई लव यू एनु ड्रामा ना समझी ये कोई ड्रामे वाली गल नहीं आई लव यू नहीं जानू आई लव यू मरियम आई लव यू जानू तेरे ड्रामे के सीन पे आते सीन ते ही है मैं की लहर दे उते चढ़ गया सीन है देखो जानू आप मुझसे झूठ बोलते हो मैं की झूठ बोलना है झूठ तो तू बोल रही है मैंने क्या झूठ बोला है झूठ ही बोलने वाली गल है की देखो जानू फिर से वही हरकत करना शुरू कर दी ना आपने अभी तो आपने कहा था कि कर लिया करूं मैं हुक्म करो की करा इतने बड़े बड़े कुत्ते हो गए राणा की शहर से अपने मुल्क चा शादी वेख जो साडा पंजाब दा रिवाज है कल्चर है हां जी ਸ਼ਾਦੀ ਦੇ ਵਿੱਚ ਵੇਖ ਫੁੱਫੀਆਂ ਆਉਂਦੀਆਂ ਨੇ ਹਾਂ ਮਾਮੇ ਆਉਂਦੇ ਨੇ ਖਾਰੇ ਤੋਂ ਲਾਉਂਦੇ ਨੇ ਖਾਰੇ ਕਿਉਂ ਹੁੰਦੇ ਇਹ ਹੁਣ ਵੱਡਿਆਂ ਕੋ ਜਾ ਕੇ ਪੁੱਛ ਜਿੰਨਾ ਰਸਮਾਂ ਬਣਾਈਆਂ ਨੇ ਅੱਛਾ ਲਾੜਾ ਸਜਾਉਂਦੇ ਨੇ ਅੱਛਾ ਸੇਰਾ ਬੰਦੀ ਹੁੰਦੀ ਹੈ ਹਾਂ ਫਿਰ ਲਾੜਾ ਵੋਟੀ ਦੇ ਘਰ ਜਾਂਦਾ ਹੀ ਹਾਏ ਅੱਛਾ ਫਿਰ ਲਾੜੇ ਦਾ ਤੇ ਵੋਟੀ ਦਾ ਨਿਕਾਹ ਹੁੰਦਾ ਹਾਂ फिर लाड़ा वापस लैके आंदा अपने घर अच्छा फिर क्या होता है फिर की एक बुड्ढी जी माई ना बूए दे विच आ करके तेल चोंदी वो रस्म होती है हां वो रस्म होती है हां जी रस्म ही होती है तेल चोंदी है हां फिर लाड़ा नंगल लगे आ पहलो तेल तो तिलकदा है क्यों आहो लत तड़ा बंदा सरा सुहाग रात रह जांदी ओदी तेल ही इना चो दंदियां माइयां नहीं वो तो नजर के लिए उतारा जाता है ना फिर वोटी एक कमरे च पैंदी अच्छा लाड़ा दूध का गिलास पींदा है हाय ए भी रस्म है ये भी रस्म है हां ब्याह करके भी चाय पीनी तो की फायदा ब्याह दा हां मतलब ओए रात हुंदी है जिन्ना लाड़ा पी सकदा पी ले अगो फिर बच्चियां दी वारी है ओना ले कमाउणा सारी जिंदगी एही हुंदा याशी वाला दूध अब्बा बनाउंदा छवारे वाला नहीं मुझे बाद में दूध बंद हो जाता है बच्चों के बाद ओ नहीं खर्चे ही इने अच्छा बंदा तबाह हो जांदा ना हाँ। ओ पुत्र नहीं सेट वरी ते तीजी अम्मी बना दे अबू जी भज गया ओ अम्मी बनावा अबू जी हां हां भज गया लै भी ले ए मेरा प्यो है वेखे अब्बे नु आदत पई है की होया जे देखो जानू मेरे साथ ऐसे मजाक मत करो मैं बहुत सिंसियर हूं आपके साथ नाराज ना होया कर मान नाल तेरा नखरा बर्दाश्त नहीं हुंदा चलो अच्छा चलो बाहर चल के कुछ खाते हैं चलो आओ ना की खाना है हुक्म करो जो तुम चाहो आते पर स्टोरी है ना की होया स्टूडेंट है यार शेख रशीद वाली जिंदगी गुजारांगे भैने नी साडा सो फौजिया ਕੀ
ਕੀ ਹੋਇਆ ਇੱਕ ਮਿੰਟ ਕੋ ਤੁਹਾਡੀ ਫੌਜ ਦਾ ਬੰਦਾ ਨਿਕਲਿਆ ਉਹਨੇ ਲੈਟ ਦਾ ਹੀ ਖਾਨਾ ਖਰਾਬ ਕਰਤਾ ਫੜ ਕੇ ਖੈਰ ਇਹ ਨਾ ਉਹਨੇ ਇਹ ਵੀ ਨਹੀਂ ਵੇਖਿਆ ਉਹ ਨੱਚਣ ਡਈ ਕਿ ਨਹੀਂ ਅੱਛਾ ਆਪ ਸ਼ੁਰੂ ਹੋ ਗਿਆ ਚੱਲ ਕੋਈ ਨਹੀਂ ਇਹਦਾ ਚਾਹ ਵੀ ਡੋਲ ਦਿੰਦਾ ਹੁੰਦਾ ਕਿਵੇਂ ਐਵੇਂ ਪੀਣ ਲੱਗਾ ਗਾਣਾ ਲੱਗ ਗਿਆ ਬਿਸਮਿਲ੍ਲਾ ਸਾਰੀਆਂ ਗੱਲਾਂ ਯਾਦ ਆ ਦੋ ਕੁੜੀਆਂ ਪਾ ਕੇ ਕੋਠਾ ਹੀ ਖੋਲੋ ਆਪਣਾ ਕਿਸੇ ਟਾਈਮ ਚੁੱਪ ਹੋਈਦਾ ਹੁੰਦਾ ਤੁਹਾਡੀ ਮਿਹਰਬਾਨੀ ਮੁਅੱਜ਼ਜ਼ ਬੰਦਾ ਮੈਂ ਕਿਹਾ ਪਤਾ ਨਹੀਂ ਪੜ੍ਹਿਆ ਲਿਖਿਆ ਹੈ ਚੱਲ ਕੋਈ ਉਹ ਵੇਖਣਾ ਮਤਲਬ ਕੀ ਹੈ ਭਲਾ ਜਿੰਨੇ ਟਿਕਟ ਲਈ ਨਾ ਸਾਰਿਆਂ ਦੀ ਉਹ ਚੁੱਪ ਹੈ ਫ੍ਰੀ ਬੈਠਾ ਨਾ ਪਰਲੇ ਪਾਸੋਂ ਆ ਰਿਹਾ ਕੈਸਾ ਜਿਹੜਾ ਫ੍ਰੀ ਬੈਠਾ ਉਹਦੀ ਮੱਤ ਵੱਡੀ ਹੁੰਦੀ ਐਵੇਂ ਟੱਪੀ ਜਾਂਦਾ ਕੀ ਹੋਇਆ ਮੈਂ ਵੀ ਉਹ ਡਰਾਮਾ ਵੇਖ ਰਿਹਾ ਵੀ ਇਸ ਲਈ ਤੈਨੂੰ ਲੈ ਕੇ ਨਹੀਂ ਆਉਂਦੇ ਅੱਛਾ ਚੱਲ ਮੈਨੂੰ ਇਹ ਦੱਸ ਕਿ ਵਿਆਹ ਕਰਨਾ ਹੈ ਕਿ ਨਹੀਂ ਹੈ ਵਿਆਹ ਕਰਨਾ ਹੈ ਕਿ ਨਹੀਂ ਹੱਲੇ ਨਹੀਂ ਕਰਨਾ ਕਿਉਂ ਇਹ ਜਿਹੜਾ ਸਮਦਾਗ ਸੁਣਨ ਡਈ ਨਾ ਕੁਆਰੇ ਕੁਆਰੇ ਸੰਡੇ ਨਹੀਂ ਤੇ ਵਿਆਹ ਹੈ ਉਹਨਾਂ ਦੀ ਤਾਂ ਮੱਤ ਵੱਡੀ ਉਹਨਾਂ ਦਾ ਮੂੰਹ ਵੇਖ ਲਰਾ ਹੋਵੇ ਤੌਬਾ ਅੱਛਾ ਹਾਂ ਵਿਆਹ ਮੇਰੇ ਬੰਦੇ ਤੇ ਵਿਚਾਰੇ ਤੇ ਜ਼ਿੰਮੇਵਾਰੀਆਂ ਹੁੰਦੀਆਂ ਹਾਂ ਕਿਵੇਂ ਕੁਆਰਾ ਬੰਦਾ ਫੁੱਲ ਇੰਜੋਏ ਕਰਦਾ ਹਾਂ ਤੇ ਵਿਆਹ ਮੇਰੇ ਬੰਦੇ ਤੇ ਜ਼ਿੰਮੇਵਾਰੀਆਂ ਇੰਨੀਆਂ ਵਿਚਾਰਾ ਬੈਠੇ ਹੀ ਇੰਜ ਹੁੰਦਾ ਚੀਨੀ ਮੁੱਕੀ ਹੈ ਨਹੀਂ ਨਹੀਂ ਡਰਾਮਾ ਕਿਸਾ ਲੱਗਾ ਹੈ ਫੇਰ ਸਹੁਰੇ ਆਏ ਨੇ ਇਹ ਟੈਨਸ਼ਨਾਂ ਹੁੰਦੀਆਂ ਨੇ ਅੱਛਾ ਅੱਛਾ ਮੈਨੂੰ ਇਹ ਦੱਸੇ ਨਾ ਜ਼ਰਾ ਆ ਵੇ ਵਿਆਹ ਬਰੇ ਨਾ ਆ ਵਿਆਹ ਬਰੇ ਬੰਦੇ ਨਾ ਹਾਂ ਤੁਹਾਡੇ ਮੇਕਅਪ ਦਾ ਐਸਾ ਕਮਾਲ ਆ ਇੱਕ ਟਾਈਮ ਤੇ ਜਦੋਂ ਤੁਸੀਂ ਵੜਦੀ ਹੋ ਨਾ ਭੁੱਲ ਜਾਂਦੇ ਨੇ ਸਾਡੀਆਂ ਬੁੱਢੀਆਂ ਵੀ ਆ ਐ ਵੇਸ਼ ਆ ਤੁਹਾਡੇ ਮੇਕਅਪ ਦੀ ਵਜ੍ਹਾ ਤੋਂ ਤੱਤੇ ਹੋ ਭਾਈ ਧੋਤੀ ਪਾਈ ਹੈ ਤੁਸੀਂ ਲੱਤੋਂ ਲੱਤ ਲਾ ਲਓ ਕੀ ਕਰ ਰਹੇ ਹੋ ਯਾਰ ਅੱਧ ਹੁੰਦੀ ਵੈਸੇ ਕਮਲ ਇਹਦਾ ਸੁੱਤਾ ਵੀ ਬੋਲਦਾ ਰਹਿੰਦਾ ਮੋਟਰਸਾਈਕਲ ਅੰਦਰ ਕਰ ਦਿਓ ਮੋਟਰਸਾਈਕਲ ਅੰਦਰ ਕਰ ਦਿਓ ਮੋਟਰਸਾਈਕਲ ਅੰਦਰ ਕਰ ਦਿਓ ਇਹ ਤਾਂ ਇਹ ਤੜਕਾ ਲਾਉਣਾ ਪੈਂਦਾ ਅੱਛਾ ਇਹ ਲਾਹੌਰ ਹੈਗਾ ਇੱਥੇ ਸਾਣਾ ਤੂੰ ਸੌਖਾ ਹੀ ਇਹ ਕਿਹੜਾ ਕਰਾਚੀ ਜੀ ਸਕਿਆ ਬੋਤਲ ਜੈਸਾ ਮੂੰਹ ਹੈ ਫੱਖ ਅੱਖ ਠਸ਼ ਇਹਦੇ ਤਾਂ ਪੌਣਾ ਘੰਟਾ ਦਾ ਫਿਰ ਬੰਦਾ ਸੁੱਤਾ ਉੱਠ ਕੇ ਕਹਿ ਰਿਹਾ ਹੁੰਦਾ ਭੌਂਕੀ ਜਾਂਦੇ ਹੋ ਗਾਣਾ ਗੁਣਾ ਲਾਓ ਕਿ ਕੀ ਹੋ ਗਿਆ ਤੁਹਾਨੂੰ ਅੱਛਾ ਤੂੰ ਮੈਨੂੰ ਇਹ ਦੱਸੇ ਨਾ ਕੰਮ ਕੀ ਕਰਨਾ ਹੈ ਹੈ ਕੰਮ ਕੀ ਕਰਨਾ ਹੈ ਕੰਮ ਹਾਂ ਬਸ ਮੈਂ ਪਾਪਾ ਨਾਲ ਹੁੰਦਾ ਅੱਛਾ ਉਹ ਕੀ ਕਰਦੇ ਨੇ ਉਹ ਵਿਹਲੇ ਹੀ ਹੁੰਦੇ ਨੇ ਅੱਛਾ ਅਸੀਂ ਸਾਰਾ ਖਾਨਦਾਨ ਵਿਹਲੇ ਆ ਦਾ ਅੱਛਾ ਪਾਪਾ ਵਿਹਲਾ ਤੇ ਤੂੰ ਪਾਪਾ ਨਾਲ ਸਾਡੀ ਲੜੀ ਚੱਲਦੀ ਆ ਰਹੀ ਵਿਹਲਾ ਹਾਊਸ ਬਾਹਰ ਦਿਖਿਆ ਅੱਛਾ ਲੈ ਤੇ ਤੈਨੂੰ ਕੀ ਚਾਹੀਦਾ ਕੰਮ ਕਰਨ ਵਾਲਾ ਬੰਦਾ ਪਾਗਲਾ ਮੈਂ ਸਮਝੀ ਹਜੇ ਵੀ ਪੁੱਲ ਥੱਲੇ ਖਲੋਣਾ ਆ ਕੰਨਾਂ ਤੇ ਵਜੀ ਜ਼ਖਮੀ ਹੋ ਗਿਆ ਥੋੜਾ ਜਿਹਾ ਉਹਦੇ ਬੜੀ ਬੜੀ ਵੱਜਦੀ ਆ ਉਹਨੂੰ ਟੈਨਸ਼ਨ ਨਹੀਂ ਜ਼ਾਹਰ ਟੈਨਸ਼ਨ ਹੋਵੇ ਤੇ ਐਡਾ ਕਵਰ ਹੋ ਕੇ ਫਿਰਾਂ ਅੱਛਾ ਬਸ ਬੋਤੀਆਂ ਗੱਲਾਂ ਬਾਕੀ ਸਿਰ ਤੇ ਚੜੀ ਸਾਲੀਆਂ ਸ਼ਟਰ ਚੁੱਕ ਹਾਏ ਮੈਨੂੰ ਕਹਿਣਾ ਪਿਆ ਆਪ ਤੇਰਾ ਕੰਧਲ ਮੂੰਹ ਹੁੰਦਾ ਹੈ ਉਹ ਵੇਖੀ ਨਾ ਹੁੰਦਾ ਹਾਂ ਕੰਧ ਸਿੰਗਲ ਇੱਟ ਦੀ ਕਿ ਡਬਲ ਇੱਟ ਦੀ ਸਾਡੇ ਤਰ੍ਹਾਂ ਨਹੀਂ ਮੂੰਹ ਹੀ ਵੇਖੀ ਜਾਣਾ ਅਗਲੇ ਦਾ ਕਦੋਂ ਵੇਖਿਆ ਵੈ ਜੀ ਛੱਡ ਦੇ ਉਹਦੀ ਜਾਨ ਜਿਹੜਾ ਤੂੰ ਕਾਲਾ ਸਮਝ ਰਹੀ ਉਹ ਨਹੀਂ ਤੇਰਾ ਬੇੜਾ ਤਰ ਜੇ ਐਸੀ ਲਿਫਟ ਕਰਾਉਂਦੀਆਂ ਬੰਦਿਆਂ ਨੂੰ ਆਪਣੇ ਬੱਚੇ ਭੈੜੇ ਲੱਗਣ ਲੱਗ ਜਾਂਦੇ ਇਹਨੇ ਤਾਂ ਦਿਨੇ 12 ਵਜੇ ਫਿਰ ਰਿਹਾ ਹੁੰਦਾ ਅੱਜ ਫਿਰ ਰਾਨਾ ਨੂੰ ਵੇਖ ਕੇ ਜਾਣਾ ਅੱਛਾ ਮੇਰੀ ਗੱਲ ਸੁਣ ਹਾਂ ਉਹ ਪੁੱਤਰ ਐਂਬੂਲੈਂਸ ਮੰਗਾ ਲੈ ਕਿਉਂ ਤੇਰੀ ਵਾਲਦਾ ਫੌਤ ਹੋ ਗਈ ਹਾਏ ਇਹਦੀ ਗੱਲ ਤੇ ਨਾ ਹੋਣਾ ਕੱਲ ਵੀ ਇੰਨੀ ਐਂਬੂਲੈਂਸ ਮੰਗਾ ਕੇ ਸਾਲਾ ਮਾਨ ਲੋੜ ਤੇ ਅੰਮੀ ਨੂੰ ਲਾ ਕੇ ਫਿਰਦਾ ਰਿਹਾ ਤੇਰਾ ਇਸ਼ਾਰੇ ਟੱਪੇ ਸਰਜੰਟ ਕਹਿ ਰਿਹਾ ਸੀ ਜਾਣਦੇ ਜਾਣਦੇ ਅਸਲਾਮੁਅਲੈਕੁਮ ਓਏ ਮਰ ਗਈ ਓਏ ਕਿੱਡਾ ਮਸੂਮ ਬੱਚਾ ਵੇਖੋ ਤੂੰ ਸਹੀ ਬੱਤੀ ਬੰਦ ਕਰ ਦੇ ਬਲਦੀ ਰਹਿਣ ਦਿਓ ਅੱਬਾ ਜੀ ਅਸੀਂ ਬੱਤੀ ਬੰਦ ਕਰ ਅਸੀਂ ਬਲਦੀ ਰਹਿਣ ਦੇ ਅਸੀਂ ਜਾਨ ਨਿਕਲਦੀ ਵੇਖਣੀ ਜਿੰਨਾ ਰੋਏ ਜਿੰਨਾ ਰੋ ਅੰਮੀ ਕੋਲ ਜਾਣਾ ਅੰਮੀ ਕੋਲ ਜਾਣਾ ਅੰਮੀ ਕੋ ਅੰਮੀ ਨੂੰ ਉਹ ਮਿਆਣੀ ਸਾਹਮਣੇ ਅੱਛਾ ਉਹ ਬਾਜਤ ਕੇ ਜਾਏ ਅੰਮੀ ਨੂੰ ਵੀ ਵੈਲੋ ਨੀਤਾ ਖਰਾਬ ਨੇ ਬਗੈਰ ਤੋਂ ਨੀਤਾ ਖਰਾਬ ਤੁਸੀਂ ਕੀ ਦਿੱਤਾ ਉਹਨੇ ਕੰਮ ਜੀ ਵੇ ਤੇ ਅਸਲ ਤੂੰ ਮੈਨੂੰ ਸਹੀ ਸਹੀ ਦੱਸ ਸਾਲੀਏ ਡਰਾਮੇ ਤੋਂ ਪਹਿਲੇ ਗੰਦੀ ਫਿਲਮ ਵੇਖ ਕੇ ਆਉਂਦੀ ਹੈ ਸਾਲੀਏ ਹਰ ਥੁੱਕ ਤੂੰ ਪੈਸੇ ਵਾਲਾ ਵੀ ਹੁੰਦਾ ਹੈ ਫਿਲਮ ਵੇਖਣੀ ਤੂੰ ਬਣਾ ਕੇ ਦਿੱਤੀ ਹੈ ਮੈਨੂੰ ਹੈ ਜਾਨੇ ਇੱਧਰ ਨਿਕਲ ਜਾ ਸ਼ਦਰੇ ਦੀ ਨੂਰਜਾਂ ਓਏ ਓਏ ਅੱਗ ਭੋਕ ਨੇ ਪੱਟ ਤੈਨ ਕੀ ਪਤਾ ਵੇ ਅੱਗੂ ਆ ਇੱਧਰ ਹੋ ਪਤਾ ਨਹੀਂ ਕਿਦੋਂ ਅਸੀਂ ਐਲਾਨ ਕਰਾਣਾ ਅਸੀਂ ਵੀ ਅੱਬਾ ਅਸਰ ਤੋਂ ਬਾਅਦ ਚੁੱਕਣਾ ਓਏ ਦੇਖਿਆ ਤੁਸੀਂ ਨਹੀਂ ਚਾਹਦੇ ਤੁਹਾਡੀ ਕੋ ਵਾਲਦਾ ਹੋਰ ਹੋਵੇ ਸਾਡੇ ਅੰਦਰ ਵੀ ਦੇ ਲੈ ਅੱਬਾ ਜੀ ਸਾਡਾ ਵੀ ਦੇ ਲੈ ਤੇ ਟੰਗਾ ਟੰਗ ਬਣਾ ਕੇ ਖਾਓ
ਸਾਡਾ ਵੀ ਦਿਲ ਕਰਦਾ ਸੀ ਮੰਜਾ ਬਾਹਰ ਰੱਖ ਕੇ ਕਹੀਏ ਜਿੰਨੇ ਜਿੰਨੇ ਜੋ ਜੋ ਲੈਣਾ ਹੁਣੀ ਦੱਸ ਦਿਓ ਮੈਨੂੰ ਪਹਿਲੇ ਸ਼ੱਕ ਸੀ ਰਾਤ ਨਹੀਂ ਸੀ ਮੰਨਦਾ ਪਿਆ ਹੈ ਕੀ ਤੇਰੇ ਵਰਗੀਆਂ ਨਾ ਮਿਸਾਂ ਰੱਖੀਆਂ ਹੁੰਦੀਆਂ ਉਹਨਾਂ ਨੇ ਸਕੂਲਾਂ 'ਚ ਸਿਰਫ ਬੱਚਿਆਂ ਦੀਆਂ ਦੀ ਪਾਠੀ ਕਰਨੀਆਂ ਬੇਟੇ ਇੱਧਰ ਆਓ ਇੱਧਰ ਆਓ ਇੱਧਰ ਆਓ ਤੁਲੂ ਲੂ ਚਲੋ ਤੁਲੂ ਲੂ ਕੀ ਹੈ ਆਪਕਾ ਨਾਮ ਮੈਂ ਕਿਹਾ ਤੁਸੀਂ ਕਿੰਨੇ ਸੋਹਣੇ ਹੋ ਬਾਜੀ ਇਹ ਕੰਨ ਮੇਰਾ ਬੰਦ ਹੈ ਤੈਨੂੰ ਯਾ ਕਾਲਾ ਚੰਗਾ ਲੱਗਣ ਲੈ ਯਾ ਭੈੜਾ ਚੰਗਾ ਲੱਗ ਰਿਹਾ ਯਾ ਤੂੰ ਮੱਛੀ ਖਾਦੀ ਹੈ ਮੈਂ ਤੇ ਜਦੋਂ ਜੰਮਿਆ ਮੇਰੀ ਵਾਲਦਾ ਨੇ ਗਾਣਾ ਗਾਇਆ ਸਾਰੇ ਮਹੱਲੇ ਦੀ ਗਲਤੀ ਆਪਣੇ ਨਾਵੇਂ ਲਾਈਏ ਜੰਮ ਤੇ ਲਿਆਏ ਪਰ ਚਸ ਬੜੀ ਆਈ ਯੋ ਗਾਣਾ ਗਾਇਆ ਭਾਈ ਜੀ ਅੱਛਾ ਸੋਹਣੀ ਕੁੜੀ ਨੱਚ ਰਹੀ ਹੋਵੇ ਨਾ ਤੇ ਹਾਲ ਚ ਬੰਦਾ ਕਵੇ ਯਾਰ ਹੈ ਵਾਵਾ ਪੀਸ ਕੀ ਲੱਕ ਇਹਦਾ ਕਿਤੇ ਇਹਨਾਂ ਨਾਲ ਦੀ ਸੀਟ ਤੇ ਬੈਠਾ ਹੁੰਦਾ ਬੇਟੀ ਆਪਣੀ ਸ਼ੁਕਰੀਆ ਬਸ ਮਿਹਨਤ ਰੰਗ ਲਿਆ ਰਹੀ ਹੈ ਹਾਂਜੀ ਮੈਂ ਅਸਲ ਚ ਦੀ ਸ਼ਾਦੀ ਮੈਂ ਇਸ ਲਈ ਤੁਹਾਡੇ ਨਾਲ ਕਰਨਾ ਚਾਹੁੰਦਾ ਪੜ੍ਹ ਲਿਖੀ ਔਰਤ ਦੇ ਫਾਇਦੇ ਬੜੇ ਨੇ ਕੀ ਉਹਨੂੰ ਕੁਝ ਨਾ ਦੱਸੋ ਉਹਨੂੰ ਸਭ ਪਤਾ ਹੁੰਦਾ ਹੈ ਅੰਗਰੇਜ਼ ਨਹੀਂ ਵੇਖੀਆਂ ਨੇ ਪਤਲੀ ਪਤਲੀ ਕੁੜੀਆਂ ਹੁੰਦੀਆਂ ਨੇ ਇਹ ਵੱਡੇ ਵੱਡੇ ਐਨਐਲਸੀ ਦੇ ਠਾਲੇ ਚਲਾਉਂਦੀਆਂ ਨੇ ਤੇ ਇਹਨਾਂ ਦੀਆਂ ਔਰਤਾਂ ਘਰ 'ਚ ਆਲੂ ਮੂੰਗਰੇ ਪਕਾ ਕੇ ਥੱਕ ਜਾਂਦੀਆਂ ਫਿਰ ਪੱਖਾ ਤੇ ਛੱਡ ਘੜੀ ਮੌਤ ਖਾ ਗਈ ਯਾਰ ਪੜ੍ਹੀ ਲਿਖੀ ਔਰਤ ਨਾ ਆਏਗੀ ਟੱਪ ਦੇ ਵਿੱਚ ਥੋੜ੍ਹਾ ਸ਼ੈਂਪੂ ਪਾ ਕੇ ਥੋੜ੍ਹਾ ਉਹਦਾ ਸਟਾਈਲ ਹੀ ਵੱਖਰਾ ਆਹ ਤੇ ਇਹਨਾਂ ਦੀਆਂ ਔਰਤਾਂ ਵਿਹੜੇ 'ਚ ਦੋ ਮੰਜੀਆਂ ਖਿਲਾਰ ਕੇ ਉਹ ਵੀ ਬਗੈਰ ਰੂਣੀਆਂ ਆਏ ਅੱਗੇ ਕੋਈ ਨਾ ਆਵੇ ਮੈਂ ਦਾਂਦੀ ਪਈਆ ਪੜ੍ਹੀ ਲਿਖੀ ਔਰਤ ਵਾਲ ਵੀ ਸੁਕਾਏਗੀ ਇਧਰੋਂ ਤੋਲੀਆ ਫੜ ਕੇ ਇਸ ਤਰ੍ਹਾਂ ਤੇ ਇਹਨਾਂ ਦੀਆਂ ਔਰਤਾਂ ਵਾਲ ਸੁਕਾਉਣ ਨੂੰ ਛੱਤ ਤੇ ਚੜ੍ਹ ਕੇ ਧੁੱਪ ਦੇ ਵਿੱਚ ਪੜ੍ਹੀ ਲਿਖੀ ਔਰਤ ਸੋਏਗੀ ਚੁੱਕ ਸੋ ਕੇ ਕਹੋ ਸ਼ਮੀਮ ਉੱਠੋ ਸ਼ਮੀਮ ਉੱਠੋ ਉੱਠ ਗਈ ਉੱਠ ਇਹਨਾਂ ਦੀ ਔਰਤਾਂ ਸੋਹਣਾ ਹੀ ਅਜੀਬ ਹੈ ਕਿਆ ਮੁਖਤਾਰਾ ਉੱਠ ਐ ਨਜ਼ੀਰਾ ਉੱਠੋ ਲਓ ਵੀ ਅੱਲਾ ਲੱਗੋ ਵੀ ਅਸੀਂ ਮੀਆਂ ਬੀਵੀ ਹੋਣ ਵਾਲੇ ਖਲੋਤੇ ਆ ਜਿਹੜਾ ਕੰਮ ਨਿਬੜੇ ਨਿਬੇੜਨਾ ਚਾਹੀਦਾ ਬਖੂਨ ਤਾਂ ਯਾ ਅੱਲਾਹੁ ਅਕਬਰ ਅੱਲਾਹ ਪੜ੍ਹੇ ਲਿਖੇ ਬੱਚੇ ਯਕੀਨ ਕਰਨਾ ਪੜ੍ਹੇ ਲਿਖੇ ਬੱਚੇ ਆਪਣੇ ਪਿਓ ਬਾਬਾ ਮੈਨੇ ਜਹਾਜ਼ ਲੈਣਾ ਬਾਬਾ ਮੈਨੇ ਡਰਾਉਣ ਕੈਮਰਾ ਲੈਣਾ ਪਰ ਇਹੋ ਜਿਹੇ ਬੱਚੇ ਅੱਬਾ ਮੈਂ ਸੰਡਾ ਲੈਣ ਆਈ ਪੜ੍ਹੇ ਲਿਖੇ ਬੱਚੇ ਬਾਬਾ ਦਾ ਹੈਲੀ ਕਾਪਾ ਮੈਨੇ ਬੱਚੇ ਯਾਦਗਾਰ ਤੇ ਚੜ ਕੇ ਬੋਲਿਆ ਵੇ ਸਭ ਤੋਂ ਪਹਿਲੇ ਥੁੱਕ ਥੱਲੇ ਕਿਹਦੀ ਜਾਂਦੀ ਹੋ ਜਾਨ ਮੈਂ ਇੱਥੇ ਉਹਨਾਂ ਮੈਂ ਕਿ ਠੀਕ ਹੈ ਬਾਜੀ ਮੈਂ ਆਈ ਵਾਹ ਵਾਹ ਨੱਤਾ ਦੀ ਪਤਾ ਨਹੀਂ ਅੱਬਾ ਜੀ ਇਹ ਮਰ ਜਾਵੇ ਅੱਬਾ ਇਹਦਾ ਇਹ ਅੱਬਾ ਹੈ ਤੇਰਾ ਅੱਬਾ ਹੀ ਆ ਮਰ ਗਿਆ ਅਸੀਂ ਕਫਨ ਦਾ ਟੈਕਸ ਦੇਣ ਆਇਆ ਇਹਦੀ ਬਾਹਾਂ ਕਿੰਨੀਆਂ ਛੋਟੀਆਂ ਛੋਟੀਆਂ ਨੇ ਨਾ ਹੈ ਇਹਦੀਆਂ ਇਹਦੀਆਂ ਵਿਆਹ 'ਚ ਬਾਹਾਂ ਦਾ ਕੀ ਕੰਮ ਹੁੰਦਾ ਸਾਹ ਹੋਣਾ ਚਾਹੀਦਾ ਚੱਲ ਅੱਛਾ ਪੋਤੀਆ ਗੱਲਾਂ ਨਾ ਕਰ ਇਹ ਮੈਨੂੰ ਦੱਸ ਹੁਣ ਵਿਆਹ ਕਰਨਾ ਹੈ ਕਿ ਨਹੀਂ ਤੇ ਪਹਿਲਾਂ ਹੀ ਨਾ ਆਪ ਦੀ ਸਵਾਲਾਂ ਨਹੀਂ ਹੁੰਦੀ ਚੁੱਕ ਕੇ ਤੁਰੀ ਫਿਰਦੀ ਹੈ ਤੇਰਾ ਵਿਆਹ ਕੀ ਚੀਜ਼ ਦਾ ਧਿਆਨ ਹੈ ਹੈ ਅੱਛਾ ਗੱਲਾਂ ਬਾਤਾਂ ਹੋ ਗਈਆਂ ਰਨ ਮਰੀਦੋ ਉਹਨਾਂ ਦੀ ਸਾਈਡ ਲਾਓ ਜਿਨ੍ਹਾਂ ਨੇ ਮੋਢਾ ਦੇਣਾ ਇਹਨਾਂ ਨੇ ਤਾਂ ਇਹਨਾਂ ਦਾ ਕੀ ਛਿਦਿਆ ਤੂੰ ਮਰ ਗਿਆ ਮਿਦਿਆ ਤੂੰ ਆਇਆ ਉਹ ਨਹੀਂ ਨਹੀਂ ਇਹਨੇ ਮੋਢਾ ਨਹੀਂ ਇਹਨੇ ਬਸ ਮਜ਼ਾ ਦੇਣਾ ਹੈ ਚਲੋ ਇੱਕ ਕੰਮ ਤੇ ਹੋਣ ਡਿਆ ਨਾ ਤੁਹਾਡਾ ਬੇੜਾ ਤਰ ਜੇ ਤੁਸੀਂ ਤਾਂ ਵਕਤ ਪਾਇਆ ਹੁੰਦਾ ਅਗਲੇ ਨੂੰ ਕਾਹਦਾ ਤੁਹਾਨੂੰ ਐਸਾ ਮੇਕਅਪ ਕਰਕੇ ਆਉਂਦੀ ਹੈ ਜੇਬ 'ਚ ਕ੍ਰੈਡਿਟ ਕਾਰਡ ਬੋਲ ਰਿਹਾ ਹੁੰਦਾ ਮੈਂ ਆਵਾਂ ਤੁਹਾਡਾ ਬੇੜਾ ਤਰ ਜੇ ਇੰਨਾ ਲੁੱਟਿਆ ਵਿਚਾਰੇ ਜਿਹੜੇ ਪਿੱਛੇ ਬੈਠੇ ਕਦੀ ਇੱਥੇ ਹੁੰਦੇ ਸਨ ਕਈ ਬਾਹਰ ਵੀ ਪੁੱਛ ਕੇ ਨਿਕਲ ਜਾਂਦੇ ਡਰਾਮਾ ਚੰਗਾ ਆਵਾਂਗੇ ਅੱਛਾ ਮੈਨੂੰ ਇਹ ਦੱਸਣਾ ਪਹਿਲੇ ਵਿਆਹ ਹੋਇਆ ਤੇਰਾ ਹੈਂ ਵਿਆਹ ਹੋਇਆ ਪਹਿਲੇ ਹੋਇਆ ਅਸੀਂ ਤਲਾਕ ਹੋ ਗਈ ਕਿਉਂ ਉਹ ਮੈਂ ਆਪੇ ਨੂੰ ਕਿਹਾ ਸੀ ਵਿਆਹ ਲਾਹੌਰ ਕਰਾਂ ਇਹਨੂੰ ਮੁਲਤਾਨ ਕਰਾਤਾ ਫਿਰ ਉਹ ਬੁੱਢੀ ਸਰੈਕ ਨਿਕਲ ਆਈ ਅੱਛਾ ਉਹ ਮੈਨੂੰ ਸਮਝ ਹੀ ਨਾ ਆਵੇ ਸੁਹਾਗ ਰਾਤ ਨੂੰ ਕਹਿ ਕੀ ਰਹੀ ਹਾਂ ਉਹ ਮੇਰੇ ਨਾਲ ਹੀ ਲੱਗੀ ਰਹੀ ਜੀਓ ਪੋਤਰਾ ਚੈੱਕ ਕਰ ਚੈੱਕ ਕਰ ਸਦ ਕਠੀ ਨਾ ਹਾਂ ਮੇਰਾ ਪੁੱਤਰ ਮੁੱਢੂ ਤਾਂ ਐਉਂਦਾ ਹੀ ਆ ਲੱਖ ਲਾਨਤ ਤੇਰੇ ਮੂੰਹ ਤੇ ਕੌਣ ਹੈ ਜੱਜਾ
ਇਹਦੀਆਂ ਚਾਰ ਭੈਣਾਂ ਦੌੜੀਆਂ ਮਹੱਲੇ 'ਚ ਫਸਟ ਆਇਆ ਮਹੱਲੇਦਾਰਾਂ ਨੇ ਐਪਰੀਸ਼ੀਏਟ ਕੀਤਾ ਇਹਨੂੰ ਕਿ ਯਾਰ ਮੈਂ ਵੀ ਯਾਰ ਕਿੱਡੀ ਲੰਮੀ ਉਮਰ ਆ ਹੀ ਹੈ ਵੈਰੀ ਓਏ ਮਾਂ ਸਦਕੇ ਓਏ ਮਾਂ ਸਦਕੇ ਯਾਰ ਇੱਕ ਮਿੰਟ ਮੈਨੂੰ ਇਹ ਦੱਸ 70 ਕਿ ਕਿੱਥੇ ਗਿਆ ਸੈਂ ਮੈਂ ਇੱਥੇ ਸਰ ਵੈਸੇ ਤੁਸੀਂ ਤਿੰਨੇ ਭਾਣਾ ਇੱਥੇ ਕੀ ਕਰ ਰਹੀਆਂ ਭੈਣਾ ਗੰਜੀ ਵੀ ਵਾਹ ਜੀ ਵਾਹ ਕੀ ਬਾਤ ਹੈ ਘੰਟੇ ਤੋਂ ਪਲਾਸਟਿਕ ਦੇ ਸ਼ਤਾਨ ਵਰਗਾ ਮੂੰਹ ਤੁਹਾਡਾ ਥੋੜਾ ਜਿਹਾ ਬਾਹਰ ਰੱਖੀ ਪਰਲਾ ਨੀ ਪਰਲਾ ਇਹਦਾ ਅੱਬਾ ਮਰ ਗਿਆ ਅਸਾਲਿਆਂ ਨੂੰ ਮੰਜਾ ਨੀ ਲੱਭਾ ਮਸੀਤ ਜਨਾਦਾ ਬਿਲੀਅਟ ਤੇ ਲੈ ਗਏ ਉਹ ਸਾਰੇ ਕਹਿ ਰਹੇ ਕਲਮਾ ਸ਼ਹਾਦਤ ਕੱਲਾ ਕਹੀ ਜਾ ਰਿਹਾ ਸੈਂਟਰ ਪੱਗ ਸਾਰੀ ਫੈਮਿਲੀ ਨਾਲ ਰੋਂਦੀ ਜਾਵੇ ਨਾਲ ਅੰਬ ਚੂਪਦੀ ਜਾਵੇ ਇਹਦੀ ਵੱਡੀ ਫੁੱਫੀ ਅੰਬ ਵਾਲੇ ਕਹਿੰਦੀ ਬਗਾਰਤ ਧੁੰਦ ਚ ਖੜੋਤਾ ਰੋ ਰਿਹਾ ਮੈਂ ਕਿਹਾ ਕੀ ਹੈ ਕਹਿੰਦਾ ਪਤਾ ਨੀ ਕੌਣ ਚੰਡਾ ਮਾਰ ਗਿਆ